सब्सक्राइब करें छड़जिकला टाइम टीवी को और लेटेस्ट अपडेट पाने के लिए प्रेस करें बेल आइकन को। ਸ੍ਰੀ ਅਕਾਲ ਜੀ ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਬਰ ਤੇ ਨਜ਼ਰ ਵਿਦ ਡਾਕਟਰ ਹਰਜਿੰਦਰ ਸਿੰਘ ਵਾਲੀਆ ਸ਼ੋਅ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ ਡਾਕਟਰ ਸਾਹਿਬ ਸਟੂਡੀਓ ਵਿੱਚ ਪਹੁੰਚ ਚੁੱਕੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਫਿਰ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ ਡਾਕਟਰ ਸਾਹਿਬ ਜੀ ਦਾ ਸਵਾਗਤ ਹੈ ਜੀ ਅੱਜ ਦਾ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਧਾਰਾ 370 ਹਟਾਏ ਜਾਣ ਤੋਂ ਬਾਅਦ ਕੁਝ ਕੁ ਖਬਰਾਂ ਕਿਤੇ ਨਾ ਕਿਤੇ ਸੋਸ਼ਲ ਮੀਡੀਆ 'ਤੇ ਆਈਆਂ ਸੀ ਕਿ ਕਸ਼ਮੀਰ ਵਿੱਚ ਸ਼ਾਇਦ ਗੋਲੀ ਚੱਲੀ ਹੈ ਪਰ ਸਰਕਾਰ ਨੇ ਹੁਣ ਦਾਅਵਾ ਕੀਤਾ ਹੈ ਕਿ ਪਿਛਲੇ 6 ਦਿਨਾਂ ਦੇ ਵਿੱਚ ਕਸ਼ਮੀਰ ਵਿੱਚ ਇੱਕ ਵੀ ਗੋਲੀਬਾਰੀ ਦੀ ਘਟਨਾ ਨਹੀਂ ਵਾਪਰੀ ਇਸ ਦੇ ਨਾਲ ਹੀ ਅੱਜ ਬਕਰੀਦ ਦੇ ਮੌਕੇ ਤੇ ਵੀ ਜਿਹੜੀ ਹੈ ਨਮਾਜ਼ ਪੜ੍ਹਨ ਦੀ ਖੁੱਲ ਦਿੱਤੀ ਜਾਵੇਗੀ ਦੇਖੋ ਇਹ ਜਦੋਂ ਕਰਫਿਊ ਲੱਗਿਆ ਹੋਵੇ ਅਫਵਾਹ ਤਾਂ ਫੈਲਦੀਆਂ ਨੇ ਜੀ ਅਫਵਾਹ ਵੀ ਫੈਲੀ ਤੇ ਫੈਲੀ ਵੀ ਬੀਬੀਸੀ ਦੇ ਹਵਾਲੇ ਨਾਲ ਜੀ ਬੀਬੀਸੀ ਦੀ ਇੱਕ ਖਬਰ ਹੈ ਉਹਦੇ 'ਚ ਜੇ ਵੀਡੀਓ ਦੇਖੋ ਲੋਕ ਭੱਜੇ ਆ ਰਹੇ ਨੇ ਅਤੇ ਗੋਲੀਆਂ ਦੀ ਆਵਾਜ਼ ਆ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਕਿ ਉੱਥੇ ਗੋਲੀਆਂ ਚੱਲ ਰਹੀਆਂ ਨੇ ਹਾਲਾਂਕਿ ਪੁਲਿਸ ਨੇ DGP ਨੇ ਕਸ਼ਮੀਰ ਜੰਮੂ ਕਸ਼ਮੀਰ ਦੇ ਨੇ ਕਿਹਾ ਕੋਈ ਗੋਲੀ ਨਹੀਂ ਚੱਲੀ ਕੁਛ ਨਹੀਂ ਹੋਇਆ ਪਿਛਲੇ 6 ਦਿਨਾਂ 'ਚ ਬਿਲਕੁਲ ਸ਼ਾਂਤੀ ਹੈ ਸੋ ਇਸ ਕਿਸਮ ਦੀ ਗੱਲ ਦੂਜੇ ਪਾਸੇ ਰਾਹੁਲ ਗਾਂਧੀ ਨੇ ਕੱਲ੍ਹ ਕਿਹਾ ਸੀ ਕਿ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਪਾਰਦਰਸ਼ਤਾ ਰੱਖਣੀ ਚਾਹੀਦੀ ਅਤੇ ਦੱਸਣਾ ਚਾਹੀਦਾ ਦੇਸ਼ ਨੂੰ ਵੀ ਕਸ਼ਮੀਰ ਦੇ ਹਾਲਾਤ ਕੈਸੇ ਨੇ ਪਰ ਜੋ ਅੱਜ ਦਾਅਵਾ ਕੀਤਾ ਸਰਕਾਰ ਵੱਲੋਂ ਵੀ ਅਤੇ ਅਦਰਵਾਈਜ਼ ਵੀ ਤਾਂ ਲੱਗ ਇਹ ਰਿਹਾ ਕਿ ਉੱਥੇ ਸ਼ਾਂਤੀ ਹੈ ਸਰਕਾਰ ਦੇ ਕਹਿਣ ਦੇ ਮੁਤਾਬਕ ਅਤੇ ਕਾਫੀ ਸ਼ਾਂਤੀ ਹੈ ਔਰ ਜਿਹੜੀ ਦੂਜੀ ਗੱਲ ਹੈ ਬਕਰੀਦ ਅੱਜ ਅਸੀਂ ਵੀ ਜਿਹੜਾ ਹੈ ਸਾਰਿਆਂ ਨੂੰ ਇਸ ਮੌਕੇ 'ਤੇ ਮੁਬਾਰਕਬਾਦ ਪੇਸ਼ ਕਰਦੇ ਹਾਂ ਅਤੇ ਬਕਰੀਦ ਦੇ ਮੌਕੇ 'ਤੇ ਸਰਕਾਰ ਨੇ ਕਾਫੀ ਪ੍ਰਬੰਧ ਕੀਤਾ ਹੈ ATM ਕੱਲ੍ਹ ਸੰਡੇ ਨੂੰ ਖੁੱਲ੍ਹੇ ਰੱਖੇ ਬਾਜ਼ਾਰ ਖੁੱਲ੍ਹੇ ਸੀ ਔਰ ਖਜ਼ਾਨਾ ਖੁੱਲ੍ਹਾ ਸੀ ਔਰ ਹਰ ਕਿਸਮ ਦਾ ਸਮਾਨ ਉਪਲਬਧ ਕਰਾਇਆ ਆਟਾ ਦਾਲ ਚੌਲ ਚੀਨੀ ਜਿਹੜਾ ਮਾਸ ਹਰ ਕਿਸਮ ਦਾ ਜਿਵੇਂ ਬੱਕਰਾ ਉੱਥੇ ਜਿਹੜੇ ਬੱਕਰੇ 'ਤੇ ਇਹਨਾਂ ਨੇ ਬਲੀ ਦੇਣੀ ਹੈ ਭੇਡਾਂ ਬੱਕਰੇ ਉਹਨਾਂ ਦੀ ਵੱਡੀ ਗਿਣਤੀ 'ਚ ਉਹ ਵੀ ਉੱਥੇ ਜਿਹੜੇ ਨੇ ਮਿਲ ਰਹੇ ਨੇ ਇੱਕ ਹੋਰ ਵੀ ਗੱਲ ਜਿਹੜੀ ਕੀਤੀ ਹੈ ਸਰਕਾਰ ਵੱਲੋਂ ਤਾਂ ਕਿ ਸਾਰੇ ਲੋਕ ਚੰਗੀ ਤਰ੍ਹਾਂ ਇਹ ਜਸ਼ਨ ਮਨਾ ਸਕਣ ਇਸ ਖੁਸ਼ੀ ਦੇ ਮੌਕੇ 'ਤੇ ਉਹਨਾਂ ਨੇ ਸਬਜ਼ੀਆਂ ਨੂੰ ਵੀ ਘਰੋਂ ਘਰ ਪਹੁੰਚਾਉਣ ਦੀ ਵੀ ਜਿਹੜੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਉਹ ਅਜੀਤ ਡੋਵਾਲ ਉੱਥੇ ਖੁਦ ਜਿਹੜਾ ਹੈ ਇਸ ਨੂੰ ਦੇਖ ਰਹੇ ਨੇ ਜਿਹੜੇ ਹਿੰਦੁਸਤਾਨ ਦੇ ਸੁਰੱਖਿਆ ਮਾਮਲਿਆਂ ਦੇ ਸਲਾਹਕਾਰ ਨੇ ਸੋ ਕਿਤੇ ਨਾ ਕਿਤੇ ਕੋਸ਼ਿਸ਼ ਹੈ ਸਰਕਾਰ ਦੀ ਕਿ ਇਹ ਮੌਕਾ ਜਿਹੜਾ ਹੈ ਸਾਰੀ ਦੁਨੀਆ ਨੂੰ ਦਿਖਾਇਆ ਜਾਵੇ ਕਿ ਕਸ਼ਮੀਰ ਹੁਣ ਪਹਿਲਾਂ ਨਾਲੋਂ ਖੁਸ਼ ਹੈ ਕਸ਼ਮੀਰ ਦੇ ਵਿੱਚ ਸ਼ਾਂਤੀ ਹੈ ਕਸ਼ਮੀਰ ਦੇ ਲੋਕ ਧਾਰਾ 370 ਤੋਂ ਬਾਅਦ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੇ ਨੇ ਸਰਕਾਰ ਦੀ ਇਹ ਕੋਸ਼ਿਸ਼ ਹੈ ਜੀ ਡਾਕਟਰ ਸਾਹਿਬ ਰਵਿਦਾਸ ਮੰਦਰ ਨੂੰ ਲੈ ਕੇ ਜਿਹੜੇ ਨੇ ਪ੍ਰਦਰਸ਼ਨ ਜਾਰੀ ਨੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਰਵਿਦਾਸ ਭਾਈਚਾਰੇ ਨੇ 13 ਅਗਸਤ ਨੂੰ ਬੰਦ ਦਾ ਸੱਦਾ ਦਿੱਤਾ ਹੈ ਜੀ ਦੇਖੋ ਤੁਗਲਕਾਬਾਦ ਦੇ ਵਿੱਚ ਦਿੱਲੀ ਦੇ ਵਿੱਚ ਜੀ ਪੁਰਾਤਨ ਮੰਦਰ ਸੀ ਸਿਕੰਦਰ ਲੋਧੀ ਦਾ 13 ਬਿਘੇ ਜ਼ਮੀਨ ਦਿੱਤੀ ਸੀ ਰਵਿਦਾਸ ਹੋਰਾਂ ਨੂੰ ਉਸ ਵੇਲੇ ਤੋਂ ਲੈ ਕੇ ਇਹਨਾਂ ਦੇ ਨਾਂ ਬੋਲ ਰਹੀ ਸੀ ਜਗ੍ਹਾ ਪਿਛਲੇ ਕਾਫੀ ਦਿਨਾਂ ਤੋਂ ਰੌਲਾ ਚੱਲ ਰਿਹਾ ਸੀ ਕਦੇ ਸਕੂਲ ਕਦੇ ਧਰਮਸ਼ਾਲਾ ਅਤੇ ਕਦੇ ਸਤਸੰਗ ਭਵਨ ਮੰਦਰ ਬਣਾਏ ਜਾਂਦੇ ਸੀ ਸਰੋਵਰ ਬਣਾਏ ਜਾਂਦੇ ਸੀ ਅਤੇ ਸਰਕਾਰ ਉੱਤੇ ਅਕੁਆਇਰ ਕਰ ਰਹੀ ਸੀ ਢਾਹ ਦਿੰਦੇ ਸੀ ਇਹ ਲਗਾਤਾਰ ਚੱਲ ਰਿਹਾ ਸੀ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਸੁਪਰੀਮ ਕੋਰਟ ਦੇ ਵਿੱਚ ਦੇ ਮੁਤਾਬਕ ਹੀ DDA ਨੇ ਦਿੱਲੀ ਡਿਵੈਲਪਮੈਂਟ ਅਥਾਰਟੀ ਨੇ ਇਸ ਜਗ੍ਹਾ 'ਤੇ ਕਬਜ਼ਾ ਕੀਤਾ ਇਹ ਹੈ ਇੱਕ ਕਾਨੂੰਨੀ ਪੱਖ ਦੂਜੇ ਪਾਸੇ ਕਾਨੂੰਨ ਅਤੇ ਧਰਮ ਦਾ ਜਿਹੜਾ ਪੱਖ ਹੈ ਉਹ ਇਹ ਕਹਿੰਦੇ ਨੇ ਕਿ ਰਵਿਦਾਸ ਦਾ ਮੰਦਰ ਹੈ ਅਤੇ ਇਹਨੂੰ ਸਰਕਾਰ ਨੂੰ ਢਾਉਣਾ ਨਹੀਂ ਚਾਹੀਦਾ ਸੀ ਤੋ ਇਹ ਸਾਰੇ ਦੇ ਵਿੱਚ ਹੁਣ ਜਦੋਂ ਹੋ ਗਿਆ ਪ੍ਰਦਰਸ਼ਨ ਹੋ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਆਵਾਜ਼ ਉਠਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਕਹਿੰਦੀ ਸਾਡੇ ਹੱਥ 'ਚ ਨਹੀਂ ਕੁਛ ਇਸ ਸਰਕਾਰ ਨੇ ਕੀਤਾ
ਤੋਂ ਇਹ ਸਾਰੇ ਦੇ ਵਿੱਚ ਜਦੋਂ ਪੰਜਾਬ 'ਚ ਅਸੀਂ ਦੇਖਦੇ ਹਾਂ ਕਿਉਂਕਿ ਪੰਜਾਬ 'ਚ ਵੱਡੀ ਗਿਣਤੀ 'ਚ ਭਾਈਚਾਰਾ ਜਿਹੜਾ ਹੈ ਵੱਸਦਾ ਜਿਸ ਨੂੰ ਦਲਿਤ ਸਰੂਰ ਕਾਸਟ ਰਵੀਦਾਸੀਏ ਤੁਸੀਂ ਕਹਿ ਸਕਦੇ ਹੋ ਉਹਨਾਂ ਨੇ ਥਾਂ ਥਾਂ 'ਤੇ ਜਾ ਕੇ ਇਹਦੇ ਪ੍ਰਦਰਸ਼ਨ ਸ਼ੁਰੂ ਕੀਤੇ ਜਿੱਥੇ ਲੋਕ ਇਸ ਕਿਸਮ ਦੇ ਹੁਣ ਉੱਥੇ ਪੋਲੀਟੀਕਲ ਪਾਰਟੀਜ਼ ਆਉਂਦੀਆਂ ਨੇ ਅਕਾਲੀਆਂ ਦੇ ਵਿੱਚੋਂ ਪਵਨ ਕੁਮਾਰ ਟੀਨੂ ਅਤੇ ਇਹਨਾਂ ਨੇ ਲੀਡਰਸ਼ਿਪ ਨੂੰ ਇਹ ਕਹਿ ਕੇ ਕਿ ਸਾਡਾ ਅਸੀਂ ਸਾਥ ਦੇਵਾਂਗੇ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਾਂਗੇ ਕਿ ਸਾਡੇ ਨਾਲ ਜਾਵੇ ਅਤੇ ਅਸੀਂ ਮੰਦਰ ਦੁਆਰਾ ਬਣਾਈਏ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਸਮੱਸਿਆ ਇਹ ਹੈ ਇੱਕ ਪਾਸੇ ਤਾਂ ਉਹ ਲੋਅ ਐਂਡ ਆਰਡਰ ਨੂੰ ਕਾਇਮ ਰੱਖਣਾ ਚਾਹੁੰਦੇ ਨੇ ਦੂਜੇ ਪਾਸੇ ਉਹਨਾਂ ਨੇ ਜਿਹੜਾ ਹੈ ਉਹਨਾਂ ਦਾ ਸਾਥ ਦੇਣ ਦੀ ਵੀ ਗੱਲ ਕੀਤੀ ਹੈ ਚੌਧਰੀ ਸੰਤੋਖ ਸਿੰਘ ਦੀ ਡਿਊਟੀ ਲਗਾਈ ਗਈ ਹੈ ਔਰ ਕਿ ਤੁਸੀਂ ਇਸ ਸਾਰੇ ਮਸਲੇ ਨੂੰ ਚੰਗੀ ਤਰ੍ਹਾਂ ਦੇਖੋ ਔਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਪੀਐਮ ਮੋਦੀ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਤੁਸੀਂ ਜਿਹੜਾ ਹੈ ਦੁਬਾਰਾ ਮੰਦਰ ਬਣਾਇਆ ਜਾਵੇ ਨਾਲ ਇੱਕ ਗੱਲ ਉਹਨਾਂ ਨੇ ਇਹ ਵੀ ਕਹੀ ਹੈ ਭਾਈਚਾਰੇ ਨੂੰ ਕਿ ਹਰ ਕਿਸਮ ਦੀ ਕਾਨੂੰਨੀ ਮਦਦ ਵਕੀਲ ਅਤੇ ਹੋਰ ਉਹ ਸਾਰਾ ਇਹ ਮੁਹੱਈਆ ਕਰਾਉਣਗੇ ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਕੱਲ੍ਹ ਪੰਜਾਬ ਬੰਦ ਹੈ 21 ਨੂੰ 21 ਅਗਸਤ ਨੂੰ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਜਾ ਕੇ ਜਿਹੜਾ ਇਹਦੇ ਵਿਰੋਧ 'ਚ ਪ੍ਰਦਰਸ਼ਨ ਹੋਣਾ ਅਤੇ ਮੈਨੂੰ ਡਰ ਇਹ ਹੈ ਕਿ ਕਿਤੇ ਇਹ ਜਿਹੜਾ ਜਿਸ ਕਿਸਮ ਦੇ ਪ੍ਰਦਰਸ਼ਨ ਹੋ ਰਹੇ ਨੇ ਇਹ ਕਿਤੇ ਦੂਸਰਾ ਰੰਗ ਨਾ ਲੈ ਲੈਣ ਇਹਦੇ ਲਈ ਸਰਕਾਰ ਨੂੰ ਜ਼ਿਆਦਾ ਸਤਰਕ ਹੋਣ ਦੀ ਲੋੜ ਹੈ ਜੀ ਡਾਕਟਰ ਸਾਹਿਬ ਨਸ਼ੇ ਰੋਕਣ ਦੀ ਪੰਜਾਬ ਸਰਕਾਰ ਬਹੁਤ ਗੱਲ ਕਰਦੀ ਹੈ ਜੀ ਅਸੀਂ ਨਸ਼ੇ 'ਤੇ ਕਾਬੂ ਪਾ ਲਿਆ ਪਰ ਇੱਕ ਪਾਸੇ ਖਬਰ ਆਈ ਹੈ ਕਿ ਥਾਣੇ ਦੇ ਵਿੱਚੋਂ ਜੇ ਕਿਸੇ ਨੂੰ ਨਸ਼ਾ ਚਾਹੀਦਾ ਸੀ ਥਾਣੇ ਵਿੱਚੋਂ ਮਿਲ ਲਿਆ ਸੀ ਖੰਨਾ ਥਾਣੇ ਦਾ ਮੁਨਸ਼ੀ 4 ਕਰੋੜ ਦੀ ਹੈਰੋਇਨ ਸਣੇ ਕਾਬੂ ਕੀਤਾ ਗਿਆ ਜੀ ਦੇਖੋ ਇਹ ਗੱਲ ਕੋਈ ਨਵੀਂ ਨਹੀਂ ਜੀ ਚਿੱਟਾ ਤਾਂ ਹੁਣ ਆਇਆ ਪੰਜਾਬ 'ਚ ਇੱਕ ਵੇਲਾ ਇਹ ਸੀ ਕਿ ਜਦੋਂ ਵੀ ਕੋਈ ਕਹਿੰਦਾ ਸੀ ਯਾਰ ਅਫੀਮ ਚਾਹੀਦੀ ਹੈ ਉਹ ਕਹਿੰਦਾ ਕੋਈ ਪੁਲਿਸ ਵਾਲੇ ਨੂੰ ਕਹੋ ਉੱਥੋਂ 'ਚ ਸਹੀ ਮਿਲਦੀ ਹੈ ਕਿਉਂਕਿ ਆਮ ਤੌਰ 'ਤੇ ਪੁਲਿਸ ਜਦੋਂ ਫੀਮ ਦੇ ਸਮਗਲਰ ਨੂੰ ਫੜਦੀ ਸੀ ਜੇ ਕਿਲੋ ਫੀਮ ਫੜੀ ਹੈ ਉਹਦੇ 'ਚੋਂ ਅੱਧਾ ਕਿਲੋ ਕੱਢ ਲਓ ਅੱਧਾ ਕਿਲੋ ਗੁੜ ਮਿਲਾ ਲਓ ਅਤੇ ਉਹ ਆਪਦਾ ਘਰ ਪੂਰਾ ਕਰ ਦਿਉ ਬਾਕੀ ਆਪਦੇ ਦੋਸਤਾਂ ਮਿੱਤਰਾਂ ਨੂੰ ਦੇ ਦਿਉ ਇਹ ਵੇਚੀ ਨਹੀਂ ਜਾਂਦੀ ਸੀ ਆਮ ਤੌਰ 'ਤੇ ਕਾਲੀਆਂ ਭੇਡਾਂ ਇਹ ਨਹੀਂ ਸੀ ਕਿ ਵਪਾਰ ਕਰਦੀਆਂ ਸੀ ਜਦੋਂ ਦਾ ਚਿੱਟਾ ਆਇਆ ਉਹਦੇ 'ਚ BSF ਦੇ ਬੰਦੇ ਵੀ ਇਨਵੋਲਵ ਹੋ ਗਏ ਔਰ ਪੁਲਿਸ ਦੇ ਬੰਦੇ ਵੀ ਇਨਵੋਲਵ ਹੋ ਗਏ ਹੁਣ ਤਾਂ ਸਾਹਮਣੇ ਆਉਣੇ ਸ਼ੁਰੂ ਹੋ ਗਏ ਔਰ ਇਹ ਮਹਿੰਗਾ ਬਹੁਤ ਹੈ ਹੁਣ ਤਕਰੀਬਨ 3 ਪਾਅ ਕੱਲ੍ਹ ਜਿਹੜੀ ਹੈ ਫੜੀ ਗਈ ਹੈ ਹੈਰੋਇਨ ਜਿਹੜੀ 4 ਕਰੋੜ ਰੁਪਏ ਦੀ ਹੈ ਜਿਹੜੀ ਇਸ ਮੁਨਸ਼ੀ ਦੀ ਗੱਡੀ 'ਚੋਂ ਮਿਲੀ ਹੈ ਹੋਇਆ ਤਾਂ ਇਹ ਹੈ ਕਿ ਇਹਨਾਂ ਨੂੰ ਪੱਕੀ ਖਬਰ ਮਿਲੀ ਸੀ ਕਿ ਇਹ ਜਿਹੜਾ ਖੰਡਾ ਥਾਣੇ ਦਾ ਮੁਨਸ਼ੀ ਹੈ ਇਹ ਜਿਹੜਾ ਇਸ ਕਿਸਮ ਦਾ ਕੰਮ ਕਰਦਾ ਹੈ ਕਿ ਇਹ ਤੋਂ ਤੁਸੀਂ ਲੈ ਸਕਦੇ ਹੋ ਕਮਾਲ ਇਹ ਹੈ ਪਤਾ ਕਿਵੇਂ ਲੱਗਿਆ ਪਤਾ ਤਾਂ ਉਹਨਾਂ ਬੰਦਿਆਂ ਨੇ ਦੱਸਿਆ ਜਿਹੜੇ ਇਹ ਤੋਂ ਖਰੀਦਦੇ ਸੀ ਉਸ ਤੋਂ ਫਿਰ ਜਿਹੜਾ ਕਹਿੰਦੇ ਕਿਤੇ ਵੀ ਲੈ ਲਓ ਜਦੋਂ STF ਨੇ ਛਾਪਾ ਮਾਰਿਆ ਉਹਦੀ ਗੱਡੀ ਖੜ੍ਹੀ ਸੀ I-10 ਉਹਨੂੰ ਦੇਖਿਆ ਤਾਂ ਉਹਦੇ ਵਿੱਚੋਂ ਮਿਲ ਗਈ ਤੋ ਇਹਦਾ ਮਤਲਬ ਪਹਿਲਾਂ ਮੁਸਤਫਾ ਨੇ ਕਿਹਾ ਫਿਰ SSP ਫਿਰੋਜ਼ਪੁਰ ਨੇ ਕਿਹਾ ਕਿ ਸਾਡੇ 'ਚ ਕਾਲੀਆਂ ਭੇਡਾਂ ਨੇ ਫਿਰ ਕੈਪਟਨ ਸਾਹਿਬ ਨੇ ਕਿਹਾ ਕਿ ਕਾਲੀਆਂ ਭੇਡਾਂ ਨੂੰ ਜਿਹੜਾ ਖਤਮ ਕਰੋ ਇੱਕ ਗੱਲ ਤਾਂ ਅਸੀਂ ਲਗਾਤਾਰ ਕਹਿ ਰਹੇ ਸੀ ਕਿ ਨਸ਼ੇ ਜਿਹੜੇ ਪਾਕਿਸਤਾਨ ਅਫਗਾਨਿਸਤਾਨ ਤੋਂ ਆਉਂਦੇ ਨੇ ਕਿੰਨੀਆਂ ਫੋਰਸਿਸ ਲੱਗੀਆਂ ਨੇ 2 ਤਾਂ ਸੈਂਟਰ ਦੀਆਂ ਫੋਰਸ ਨੇ ਫੌਜ ਹੈ BSF ਹੈ ਪੰਜਾਬ ਪੁਲਿਸ ਹੈ ਫਿਰ ਇੱਥੇ ਤੱਕ ਕਿਵੇਂ ਆ ਜਾਂਦੇ ਨੇ ਇਹਦਾ ਮਤਲਬ ਬਹੁਤ ਸਿੱਧੀ ਗੱਲ ਹੈ ਕਿ ਸਾਰੇ ਲੋਕਾਂ ਦੇ ਵਿੱਚੋਂ ਹਰ ਖੇਤਰ 'ਚੋਂ ਪੋਲੀਟੀਕਲ ਬੰਦਿਆਂ 'ਚੋਂ ਵੀ ਔਰ ਸਿਆਸੀ ਬੰਦੇ ਅਤੇ ਨਾਲ ਨਾਲ ਜਿਹੜੇ ਪੁਲਿਸ ਦੇ ਵਿੱਚ ਵੀ BSF ਦੇ ਵਿੱਚ ਵੀ ਕਾਲੀਆਂ ਭੇਡਾਂ ਹੈਗੀਆਂ ਨੇ ਜਿਨ੍ਹਾਂ ਦੀ ਮਦਦ ਨਾਲ ਇਹ ਨਸ਼ੇ ਇੱਧਰ ਆਉਂਦੇ ਨੇ ਇਹ ਜਿਹੜਾ ਮੁਨਸ਼ੀ ਫੜਿਆ ਗਿਆ ਇਹਨੇ ਗੱਲ ਨੂੰ ਸਿੱਧ ਕਰਤਾ ਕਿ ਇਹ ਇਸ ਕਿਸਮ ਦੇ ਤਰੀਕੇ ਨੇ ਜਿਹੜੇ ਹੈ ਹੈਰੋਇਨ ਦੇ ਪੰਜਾਬ 'ਚ ਵਿਕਣ ਦੇ ਅਤੇ ਫਿਰ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਨੂੰ ਚਿੱਟਾ ਖਾ ਰਿਹਾ ਤਾਂ ਉਹ ਗੱਲ ਫਿਰ ਸਹੀ ਹੁੰਦੀ ਹੈ ਕਿ ਕਿਹਨੇ ਰੋਕਣਾ ਰੋਕਣ ਵਾਲਾ ਤਾਂ ਖੁਦ ਜਿਹੜੀ ਵਾੜੀ ਖੇਤ ਨੂੰ ਖਾਣ ਲੱਗੇ ਸ਼ਾਇਦ ਇਹ ਅਖਾਨ ਇਸੇ ਕਰਕੇ ਬਣਿਆ ਸੀ ਕਿ ਜਦੋਂ ਵਾੜੀ ਖੇਤ ਨੂੰ ਖਾਣ ਲੱਗਦੀ ਹੈ ਇਹ ਵਾੜ ਹੈ ਜਿਹਨੇ ਰੋਕਣਾ ਸੀ ਉਹੀ ਤਾਂ ਜਿਹੜੇ ਹੈ ਨਸ਼ੇ ਵੇਚ ਰਹੀ ਹੈ ਬੜੇ ਦੁੱਖ ਦੀ ਗੱਲ ਹੈ ਜੀ ਡਾਕਟਰ ਸਾਹਿਬ ਬਟਾਲਾ ਤੋਂ ਇੱਕ ਖਬਰ ਆਈ ਹੈ ਜੀ ਇੱਕ 80 ਸਾਲਾ ਬਜ਼ੁਰਗ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰੀਕੇ ਨਾਲ ਨੋਚ ਨੋਚ ਕੇ ਖਾ ਲਿਆ ਜੀ ਮਨਦੀਪ ਇਹ ਖਬਰ ਨੇ ਜਿਹੜਾ ਹੈ ਸੱਚਮੁੱਚ ਇੱਕ ਵਾਰ ਫਿਰ ਸਾਡੇ ਅਤੇ ਸਵਾਲ ਖੜ੍ਹੇ ਕਰਦੇ ਕਿ ਸਾਡਾ ਸਿਸਟਮ ਕੀ ਕਰ ਰਿਹਾ ਬਿਲਕੁਲ ਜੀ
कुछ दिन पहला खबर आई सी एक बच्चे नु खा लिया झोना ला रहे सी बच्चे नु साइड ते पा के कुत्ते ने बच्चे नु खादा सी जी ਉਦੋਂ ਅਸੀਂ ਕਹਿ ਸਕਦੇ ਸੀ ਬੱਚਾ ਤਾਂ ਵਿਚਾਰਾ ਮਤਲਬ ਵੀ ਉਹਨੇ ਚਲੋ ਪਤਾ ਨਹੀਂ ਲੱਗਿਆ ਨੇ ਕੋਸ਼ਿਸ਼ ਨਹੀਂ ਕੀਤੀ ਜੀ ਫਿਜ਼ੀਕਲੀ ਇਹਨਾਂ ਜੀ ਵੀਕ ਹੁੰਦਾ ਹੈ ਲੇਕਿਨ ਇਹ 80 ਸਾਲਾ ਬਜ਼ੁਰਗ ਬਟਾਲੇ ਆਪਣੀ ਧੀ ਨੂੰ ਮਿਲਣ ਗਿਆ ਜੀ ਜਦੋਂ ਇਹ ਵਾਪਸ ਜਾ ਰਿਹਾ ਸੀ ਸਿਸਰਾ ਵਾਲੀ ਪਿੰਡ ਹੈ ਉੱਥੋਂ ਦੀ ਹੱਡਾ ਉੱਥੋਂ ਦਾ ਰਹਿਣ ਵਾਲਾ ਉੱਥੇ ਪਿੰਡ ਦੇ ਵਿੱਚ ਹੱਡਾ ਰੋੜੀ ਦੇ ਵਿੱਚ ਜਿਹੜੇ ਕੁੱਤੇ ਇਹਨੂੰ ਪੈ ਗਏ ਇਹਨੂੰ ਉੱਥੇ ਖਿੱਚ ਕੇ ਨਾਲ ਝੋਨੇ ਦਾ ਖੇਤ ਆ ਉੱਥੇ ਲੈ ਗਏ ਅਤੇ ਉੱਥੇ ਇਹਨੂੰ ਨੋਚ ਨੋਚ ਕੇ ਬਜ਼ੁਰਗ ਨੂੰ ਖਾ ਲਿਆ ਜੀ ਔਰ ਇਹਦਾ ਪਤਾ ਤਾਂ ਲੱਗਿਆ ਕਿ ਇਹਦੇ ਕੱਪੜੇ ਉੱਥੇ ਪਏ ਸੀ ਅਤੇ ਪਰਸ ਸੀ ਉਹਦੇ 'ਚੋਂ ਪਤਾ ਲੱਗਿਆ ਦੂਜੇ ਪਾਸੇ ਇਹਨੂੰ ਲੱਭ ਰਹੇ ਸੀ ਘਰ ਦੇ ਵੀ ਕੁੜੀ ਕੋਲੋਂ ਵਾਪਸ ਕਿਉਂ ਨਹੀਂ ਆਇਆ ਉੱਥੋਂ ਚਲਾ ਗਿਆ ਸੀ ਸੋ ਇਹ ਜਿਹੜੇ ਜੁਨਸ ਮਸੀਹ ਇਹਦਾ ਨਾਮ ਸੀ ਤੋ ਜੁਨਸ ਮਸੀਹ ਦੀ ਦਾ ਜੋ ਅੰਤ ਹੋਇਆ ਇਹ ਸਾਨੂੰ ਇਸ ਪਾਸੇ ਸੰਕੇਤ ਕਰ ਰਿਹਾ ਕਿ ਜਿਹੜੇ ਸਾਡੇ ਦੇਸ਼ ਦੇ ਵਿੱਚ ਅਵਾਰਾ ਕੁੱਤੇ ਅਤੇ ਅਵਾਰਾ ਪਸ਼ੂ ਇੱਕ ਬਹੁਤ ਵੱਡੀ ਸਮੱਸਿਆ ਬਣਦੇ ਜਾ ਰਹੇ ਨੇ ਆਉਣ ਵਾਲੇ ਟਾਈਮ 'ਚ ਇਹਨਾਂ ਨੇ ਬਣਨਾ ਹੈ ਇਹ ਕਹਿ ਕੇ ਨਹੀਂ ਤੁਸੀਂ ਹੱਥ 'ਤੇ ਹੱਥ ਧਰ ਕੇ ਬੈਠ ਸਕਦੇ ਕਿ ਜੀ ਇਹ ਅਸੀਂ ਇਹਦੇ 'ਚ ਸਰਕਾਰਾਂ ਕੁਛ ਨਹੀਂ ਕਰ ਸਕਦੀਆਂ ਅਤੇ ਫਿਰ ਕੌਣ ਕਰੂਗਾ ਜੇ ਨਹੀਂ ਕਰ ਸਕਦੀਆਂ ਇਹ ਤਾਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਜਿਹੜੀ ਹੈ ਸਰਕਾਰ ਨੇ ਕਰਨੀ ਹੁੰਦੀ ਹੈ ਉਹ ਇਸੇ ਕਾਰਨ ਜਿਹੜੀ ਹੈ ਸਰਕਾਰ ਬਣਦੀ ਹੈ ਅਦਰਵਾਈਜ਼ ਫਿਰ ਇਹ ਕਹਿ ਕੇ ਕਿਹੜਾ ਛੁਡਾ ਦੇਣਾ ਕਿ ਵਾਰਾ ਕੁੱਤਿਆਂ ਵਾਰਾ ਪਸ਼ੂਆਂ ਦਾ ਸਾਡੇ ਕੋਲ ਕੋਈ ਹੱਲ ਨਹੀਂ ਇਹ ਕੋਈ ਜਵਾਬ ਨਹੀਂ ਹੈ ਸਰਕਾਰਾਂ ਕੋਲ ਇਹ ਹੁਣ ਚਾਹੀਦਾ ਤਾਂ ਇਹ ਜਿਵੇਂ ਇਹਨਾਂ ਨੇ ਡਿਮਾਂਡ ਮੁਆਵਜ਼ਾ ਵੀ ਮੰਗਿਆ ਅਤੇ ਹੱਡਾ ਰੋਟੀ ਚੱਕਣ ਦੀ ਵੀ ਗੱਲ ਕੀਤੀ ਹੈ ਅਤੇ ਸਾਨੂੰ ਹੁਣ ਇਹ ਤਰੀਕੇ ਲੱਭਣੇ ਪੈਣੇ ਨੇ ਔਰ ਲੋਕਾਂ ਨੂੰ ਵੀ ਹੁਣ ਚਾਹੀਦਾ ਜੇ ਇਹੋ ਜਿਹਾ ਕੇਸ ਹੁੰਦਾ ਉੱਥੇ ਸਰਕਾਰ 'ਤੇ ਜਿਹੜਾ ਹੈ ਕੇਸ ਕਰਨਾ ਚਾਹੀਦਾ ਕੋਰਟ ਦੇ ਵਿੱਚ ਮੁਆਵਜ਼ੇ ਦੀ ਮੰਗ ਕਰਨੀ ਚਾਹੀਦੀ ਹੈ ਤਾਂ ਗੱਲ ਹੋਏਗੀ ਹਰ ਰੋਜ਼ ਜਿਹੜੇ ਹੈ ਆਏ ਸਾਲ ਹਜ਼ਾਰਾਂ ਕੁੱਤੇ ਦੇ ਜਿਹੜੇ ਕੇਸ ਆਉਂਦੇ ਨੇ ਕੱਟਣ ਦੇ ਔਰ ਐਂਟੀ ਰੈਵਿਕਸ ਜਿਹੜੇ ਨੇ ਸਾਨੂੰ ਮਿਲ ਨਹੀਂ ਰਹੇ ਹਸਪਤਾਲਾਂ ਦੇ ਵਿੱਚ ਜਦੋਂ ਕੁੱਤੇ ਨੂੰ ਕੱਟ ਲੈਂਦੇ ਜਿਹੜੇ ਇੰਜੈਕਸ਼ਨ ਲੱਗਦੇ ਨੇ ਜਿਹੜੇ ਟੀਕੇ ਲੱਗਦੇ ਨੇ ਉਹਨਾਂ ਦੀ ਵੀ ਕਮੀ ਆ ਜਾਂਦੀ ਹੈ ਸਾਡੇ ਜੀ ਬਿਲਕੁਲ ਡਾਕਟਰ ਸਾਹਿਬ ਇੱਕ ਹੋਰ ਖਬਰ ਆਈ ਹੈ ਜੀ ਨਾਭਾ ਅਤੇ ਸੰਗਰੂਰ ਤੋਂ ਦੋ ਖਬਰਾਂ ਨੇ ਦੋ ਵਿਅਕਤੀਆਂ ਦੀ ਮੌਤ ਹੋਈ ਹੈ ਅਵਾਰਾ ਪਸ਼ੂਆਂ ਦੇ ਨਾਲ ਆਏ ਦਿਨ ਇਹੋ ਜਿਹੀਆਂ ਖਬਰਾਂ ਹੁੰਦੀਆਂ ਨੇ ਜੀ ਹੈਰਾਨੀਆਂ ਕੋਈ ਹੱਲ ਨਿਕਲਦਾ ਹੀ ਨਹੀਂ ਦੁੱਖ ਇਸ ਗੱਲ ਦਾ ਹੈ ਇਹ ਤਾਂ 80 ਸਾਲ ਦਾ ਬਜ਼ੁਰਗ ਹੈ ਜੀ ਕੋਈ ਕਹਿ ਸਕਦਾ ਹੈ ਕਿ ਬਜ਼ੁਰਗ ਸੀ ਉਮਰ ਆਪਦੀ ਜਿਹੜਾ ਖਾ ਚੁੱਕਿਆ ਸੀ ਪਰ ਉਮਰ ਮਾਪੇ ਜੀ ਦੇ ਗਏ ਨੇ ਬਿਲਕੁਲ ਜੀ ਜਿਹੜੀ ਕੁੜੀ ਨੂੰ ਪਤਾ ਲੈਣ ਗਿਆ ਉਹਦੇ ਲਈ ਤਾਂ ਮਾਪਾ ਚਾਹੇ 100 ਸਾਲ ਦਾ ਹੋਵੇ ਪਿਓ ਤਾਂ ਪਿਓ ਹੀ ਹੈ ਜੀ ਇਹ ਕਹਿ ਕੇ ਤਾਂ ਨਹੀਂ ਅਸੀਂ ਵੀ ਉਮਰ ਹੈ ਪਰ ਇੱਥੇ ਤਾਂ ਜਿਹੜਾ ਕੱਲ੍ਹ ਹੋਇਆ ਸੰਗਰੂਰ 35 ਸਾਲ ਦਾ ਬੰਦਾ ਜੀ ਅਤੇ ਢੱਠੇ ਨੇ ਇਸ ਤਰ੍ਹਾਂ ਮਾਰਿਆ ਕਿ ਉਹਨੂੰ ਚੱਕ ਕੇ ਲੈ ਕੇ ਗਏ ਅਤੇ ਬਸ ਉਦੋਂ ਬਾਅਦ ਹੋਸ਼ ਹੀ ਨਹੀਂ ਆਇਆ ਜੀ ਹਾਲਤ ਇਹ ਹੈ ਕਿ ਹੋਸ਼ ਨੇ ਅਤੇ ਮੋਟਰਸਾਈਕਲ 'ਤੇ ਜਾਂਦੇ ਜਿਹੜਾ ਹੈ ਠੱਠਾ ਕਈ ਵਾਰੀ ਪਤਾ ਨਹੀਂ ਹੁੰਦਾ ਆਪਸ 'ਚ ਲੜਦੇ ਹੁੰਦੇ ਨੇ ਕਈ ਵਾਰੀ ਇੱਕ ਅੱਧੀ ਵਾਰ ਤਾਂ ਜਾਣ ਕੇ ਵੀ ਮਾਰਦੇ ਦੇਖਿਆ ਬੰਦਾ ਤੁਰਿਆ ਜਾਂਦਾ ਪਿੱਛੋਂ ਆ ਕੇ ਚੱਕ ਦਿੰਦੇ ਨੇ ਜਿਹੜਾ ਵੋਰ ਹੋਇਆ ਸੀ ਉਹਦੇ ਤਾਂ ਸਿੰਘ ਨਿਕਲ ਗਿਆ ਸੀ ਛਾਤੀ ਦੇ ਵਿੱਚ ਦੀ ਇਸ ਤਰ੍ਹਾਂ ਮਰਿਆ ਸੀ ਬਿਲਕੁਲ ਜੀ ਸੋ ਇਹ ਜਿਹੜੀ ਅਵਾਰਾ ਪਸ਼ੂਆਂ ਦੀ ਜਿਹੜੀ ਗੱਲ ਹੈ ਇਹਦੇ ਵਿੱਚ ਸਾਨੂੰ ਫਿਰ ਉਹੀ ਗੱਲ ਜਿਹੜੀ ਮੈਂ ਅਵਾਰਾ ਕੁੱਤਿਆਂ ਦੇ ਮਾਪੇ 'ਚ ਕਹੀ ਸੀ ਇੱਥੇ ਕੁੱਤੇ ਦੇ ਮਾਮਲੇ 'ਚ ਤਾਂ ਕਹਿ ਸਕਦੇ ਬਜਟ ਨਹੀਂ ਇੱਥੇ ਤਾਂ ਸਰਕਾਰ ਨੇ ਦੋ ਡਬਲ ਬਜਟ ਸੈਸ ਲਾਇਆ ਹੋਇਆ ਹੁਣ ਫਿਰ ਸੈਸ ਲੱਗ ਗਿਆ ਸਾਡੇ ਔਰ ਪਿੱਛੇ ਜੇ ਪੰਜਾਬ ਸਰਕਾਰ ਨੇ ਲਾਤਾ ਕਿ ਜਿਹੜਾ ਮੈਰਿਜ ਪੈਲਸ ਹੈ ਵੱਡਾ 1000 ਰੁਪਇਆ ਜਿਹੜੇ ਛੋਟਾ 500 ਰੁਪਇਆ ਇੱਕ ਬੋਤਲ ਖਰੀਦ ਰਹੇ ਹੋ 10 ਰੁਪਏ ਦੇਸੀ ਦੀ ਬੋਤਲ ਖਰੀਦੋ 5 ਰੁਪਏ ਗਊ ਦੇ ਨਾਂ 'ਤੇ ਦਿੰਦੇ ਹੋ ਤੁਸੀਂ ਹੁਣ ਇਹ ਜਿਹੜੇ ਪੈਸੇ ਇਕੱਠੇ ਹੋ ਰਹੇ ਨੇ ਜਾ ਕਿੱਥੇ ਰਹੇ ਨੇ ਜੇ ਉਹਨੂੰ ਗਊਸ਼ਾਲਾਵਾਂ 'ਚ ਨਹੀਂ ਰੱਖਣਾ ਤਾਂ ਕੋਈ ਹੋਰ ਤਰੀਕਾ ਲੱਭੋ ਤਰੀਕਾ ਤਾਂ ਕੋਈ ਲੱਭਣਾ ਪੈਣਾ ਨਾ ਇਹ ਤਾਂ ਗਿਣਤੀ ਲਗਾਤਾਰ ਵੱਧਦੀ ਰਹੀ ਬਿਲਕੁਲ ਜਿੰਨੀ ਜ਼ਿਆਦਾ ਗਿਣਤੀ ਇਹਦੀ ਵਧੇਗੀ ਉਨੇ ਐਕਸੀਡੈਂਟ ਜ਼ਿਆਦਾ ਹੋਣ ਬਿਲਕੁਲ ਜੀ ਤਾਂ ਅਸੀਂ ਇਹ ਤਾਂ ਨਹੀਂ ਕਹਿੰਦੇ ਪਰ ਤਰੀਕੇ ਤਾਂ ਫਿਰ ਦੂਜੇ ਪਾਸੇ ਜਿਹੜੇ ਗਊਸ਼ਾਲਾਵਾਂ ਵਾਲੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਇਹ ਤਾਂ ਸਾਡੀ ਨਹੀਂ ਹੈ ਇਹਦੀ ਨਸਲ ਹੋ ਸਕਦੀ ਹੈ ਗਊ ਦੀ ਇਹ ਮਾਤਾ ਨਹੀਂ ਹੈ ਮਾਤਾ ਨੂੰ ਦੇਸੀ ਗਾਂ ਨੂੰ ਮਾਤਾ ਮੰਨਿਆ ਜਾਂਦਾ ਇਹ ਤਾਂ ਬਾਹਰਲੀਆਂ ਗਾਵਾਂ ਨੇ ਬਾਹਰਲੇ ਟੱਠੇ ਨੇ ਨਸਲ ਹੋ ਸਕਦੇ ਉਹਨਾਂ ਦੀ ਹੋਵੇ ਜਿਵੇਂ ਬੰਦਾ ਤਾਂ ਬੰਦਾ ਨਾ ਚਾਹੇ ਅਫਰੀਕਨ ਹੈ ਕਾਲਾ ਚਾਹੇ ਗੋਰਾ ਚਾਹੇ ਸਾਡੇ ਵਰਗੇ ਨੇ ਲੇਕਿਨ ਅਸੀਂ ਇਹ ਕਹੀਏ ਕਿ ਵੀ ਇਹ ਜਿਹੜਾ ਇੰਡੀਅਨ ਹੈ ਇਹ ਮੰਗੋਲ ਹੈ ਜੇ ਅਸੀਂ ਯੂ ਤਾਂ ਹੀ ਤਾਂ ਰੌਲਾ ਪੈਂਦੇ ਨੇ ਸਾਡੇ ਇੱਥੇ ਹਿੰਦੁਸਤਾਨ ਦੇ ਵਿੱਚ ਕਈ ਨਸਲਾਂ ਇਕੱਠੀਆਂ ਨੇ ਜੀ ਹੁਣ ਮਤਲਬ ਜੇ ਤੁਸੀਂ ਮਿਜ਼ੋਰਾਮ ਅਤੇ ਉੱਧਰ ਜਿਹੜੇ 7 ਸਿਸਟਰ ਦੇਖੋ ਉਹ ਚਾਈਨਾ ਨਾਲ ਮਿਲਦੇ ਨੇ ਤਾਂ ਉਹ ਨਸਲ ਦੀ ਗੱਲ ਹੈ ਹੁਣ ਇਹ ਨਸਲ ਜਿਹੜੀ ਹੈ ਦੇਸੀ ਨਹੀਂ ਹੈ
ਦੇਸੀਆਂ ਨੂੰ ਤਾਂ ਅਸੀਂ ਰੱਖ ਰਹੇ ਹਾਂ, ਉਹ ਤਾਂ ਗਊ ਮਾਤਾ ਹੈ। ਇਹ ਜਿਹੜੀਆਂ ਮਾਸੀਆਂ ਚਾਚੀਆਂ ਤਾਈਆਂ ਭੂਆ ਹੈ, ਇਹਨੂੰ ਕੋਈ ਪਰਵਾਹ ਨਹੀਂ ਕਰਦਾ। ਤੋ ਇਸ ਕਰਕੇ ਇਹਦੇ ਪ੍ਰਵਾਹ ਕਰਨੀ ਪੈਣੀ ਹੈ ਸਰਕਾਰਾਂ ਨੂੰ, ਨਹੀਂ ਆਹ ਜਿਹੜੇ ਕੇਸ ਅੱਜ ਦੋ ਖਬਰਾਂ ਨੇ, ਪਿਛਲੇ ਹਫ਼ਤੇ ਦੋ ਖਬਰਾਂ ਸੀ, ਇਹ ਲਗਾਤਾਰ ਬਦਲਗੀਆਂ, ਲਗਾਤਾਰ ਐਕਸੀਡੈਂਟ ਹੋਣਗੇ, ਲਗਾਤਾਰ ਲੋਕ ਮਰਨਗੇ, ਇਹਦਾ ਕੋਈ ਨਾ ਕੋਈ ਇਲਾਜ, ਬਹੁਤ ਬੋਲਡ ਸਟੈਪ ਲੈਣ ਦੀ ਲੋੜ ਹੈ। ਫਿਰ ਇਹ ਵੀ ਆਪਣੇ ਆਪ 'ਚ ਇੱਕ ਵੱਡਾ ਸਟੈਪ ਹੈ, ਸਰਕਾਰ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖ ਕੇ ਵੀ ਕਰੇ ਜਾਂ ਜਿਵੇਂ ਮਰਜ਼ੀ ਕਰੇ। ਜਿਵੇਂ ਮੈਂ ਪਹਿਲਾਂ ਕਿਹਾ ਸੀ, ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਦੂਜੀ ਗੱਲ ਆ ਕਿ ਲੋਕਾਂ ਨੂੰ ਕੇਸ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਨੇ ਕਿ ਸਰਕਾਰ ਅਤੇ ਉਹਨਾਂ ਨੇ ਉਹਨਾਂ ਦੀ ਰੱਖਿਆ ਦੀ ਜਿਹੜਾ ਹੈ ਜ਼ਿੰਮੇਵਾਰੀ ਸਰਕਾਰ ਦੀ। ਬਿਲਕੁਲ ਜੀ, ਡਾਕਟਰ ਸਾਹਿਬ ਸੁਨੀਲ ਜਾਖੜ, ਉਹਨਾਂ ਨੇ ਇੱਕ ਵਾਰ ਫਿਰ ਆਪਣਾ ਜਿਹੜਾ ਅਸਤੀਫਾ ਹੈ ਉਹ ਸੋਨੀਆ ਗਾਂਧੀ ਨੂੰ ਦਿੱਤਾ ਹੈ ਜੀ। ਕਾਂਗਰਸ ਦਾ ਸੱਚਮੁੱਚ ਨਹਿਰੂ ਗਾਂਧੀ ਪਰਿਵਾਰ ਤੋਂ ਬਿਨਾਂ ਗੁਜ਼ਾਰਾ ਨਹੀਂ ਜੀ। ਸੋਨੀਆ ਗਾਂਧੀ ਨੂੰ ਬਹੁਤ ਜਿਹੜੀ ਹੈ ਇੱਧਰੋਂ ਉੱਧਰੋਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਦੁਬਾਰਾ ਜਿਹੜਾ ਹੈ ਮਨਾਇਆ ਗਿਆ ਔਰ ਉਹ ਅੰਤਰਿਮ ਪ੍ਰਧਾਨ ਬਣੀ ਜੀ। ਇਹ ਸਭ ਨੂੰ ਪਤਾ ਹੈ ਕਿ ਸੋਨੀਆ ਗਾਂਧੀ ਇਟਲੀ ਦੀ ਰਹਿਣ ਵਾਲੀ ਹੈ। ਸ਼ੁਰੂ 'ਚ ਤਾਂ ਇਟਾਲੀਅਨ ਜਿਹੜੇ ਹੈ ਇਹਨਾਂ ਨੂੰ ਭਾਰਤ ਦੀ ਨੋਹ ਨਹੀਂ ਮੰਨਦੇ ਸੀ। ਆ ਬੀਬੀ ਗਈ ਹੈ ਹੁਣ ਜਿਹੜੀ ਸੁਸ਼ਮਾ ਸਵਰਾਜ, ਸਭ ਤੋਂ ਜ਼ਿਆਦਾ ਰੌਲਾ ਬੀਬੀ ਨੇ ਪਾਇਆ ਸੀ ਵੀ ਇਹ ਇਹ ਕਿਵੇਂ ਬਣ ਜੂ, ਇਹ ਤਾਂ ਬਾਹਰਲੀ ਔਰਤ ਹੈ, ਸਾਡੇ 'ਤੇ ਆ ਕੇ ਗੋਰੀ ਕਿਵੇਂ ਰਾਜ ਕਰੇ। ਅਤੇ ਇਹ ਤਾਂ ਇਹਦੀ ਚਲਾਕੀ ਸੀ ਜਾਂ ਇਹਨਾਂ ਦੀ ਮੈਨੇਜਮੈਂਟ ਸੀ ਕਿ ਇਹਨਾਂ ਨੇ ਜਿਹੜਾ ਹੈ ਮਨਮੋਹਨ ਸਿੰਘ ਨੂੰ ਅੱਗੇ ਲਿਆ ਕੇ ਸਰਕਾਰਾਂ ਦੋ ਵਾਰੀ ਚਲਾਈਆਂ। ਇਹ ਗੱਲ ਤਾਂ ਬਾਅਦ ਹੈ, ਲੇਕਿਨ ਇੱਕ ਗੱਲ ਪੱਕੀ ਹੈ ਕਿ ਸੋਨੀਆ ਗਾਂਧੀ 'ਚ ਕਪੈਸਿਟੀ ਹੈ। ਸੋਨੀਆ ਗਾਂਧੀ 'ਤੇ ਜਦੋਂ ਰੌਲਾ ਪਿਆ ਸੀ ਨਾ, ਉਦੋਂ ਇੱਕ ਗੱਲ ਇਹਨਾਂ ਨੇ ਇਹ ਵੀ ਕਹੀ ਸੀ ਆਪੋਜੀਸ਼ਨ ਨੇ ਕਿ ਇਹ ਤਾਂ ਬਾਹਰਲੀ, ਇਹਨੂੰ ਤਾਂ ਹਿੰਦੀ ਨਹੀਂ ਆਉਂਦੀ। ਉਹਨੇ ਕਈ ਸਾਲ ਚੁੱਪ ਰਹਿ ਕੇ ਹਿੰਦੀ ਸਿੱਖੀ, ਇੰਡੀਅਨ ਕਲਚਰ 'ਤੇ ਸਟੱਡੀ ਕੀਤੀ, ਲੋਕਾਂ ਨੂੰ ਮਿਲੀ। ਜਦੋਂ ਉਹ ਹਿੰਦੀ 'ਚ ਭਾਸ਼ਣ ਦੇਣ ਲੱਗ ਗਈ ਫਿਰ ਉਹ ਪੋਲੀਟਿਕਸ 'ਚ ਆਈ ਸੀ। ਤੋ ਉਹ ਦੁਬਾਰਾ ਆ ਗਈ। ਹੁਣ ਸੁਨੀਲ ਜਾਖੜ ਜਿਹੜਾ ਹੈ ਇਹਨੂੰ ਬਣਾਇਆ ਸੀ ਰਾਹੁਲ ਗਾਂਧੀ ਨੇ ਪ੍ਰਧਾਨ, ਸੁਨੀਲ ਜਾਖੜ ਨੇ ਰਾਹੁਲ ਗਾਂਧੀ ਨੂੰ ਦਿੱਤਾ ਅਸਤੀਫਾ। ਹਾਲਾਂਕਿ ਸੁਨੀਲ ਜਾਖੜ ਨੂੰ ਇਹ ਲੱਗਦਾ ਕਿ ਮੈਂ ਆਪਦੀ ਸੀਟ ਨਹੀਂ ਬਚਾ ਸਕਿਆ, ਲੇਕਿਨ ਪੰਜਾਬ 'ਚ ਤਾਂ ਕਾਫੀ ਹੱਦ ਤੱਕ ਇੰਡੀਆ ਨਾਲੋਂ ਕਿਤੇ ਪੰਜਾਬ ਠੀਕ ਹੈ। ਬਿਲਕੁਲ ਜੀ। ਤੋ ਹੁਣ ਉਹਨਾਂ ਨੇ ਕੱਲ੍ਹ ਫਿਰ ਕਿਹਾ ਕਿ ਮੈਂ ਜਾਊਂਗਾ, ਦੱਸੂੰਗਾ ਕਿ ਮੈਂ ਅਸਤੀਫਾ ਦਿੱਤਾ ਹੋਇਆ, ਰਾਹੁਲ ਗਾਂਧੀ ਨੂੰ ਗੱਲ ਕਰੂੰਗਾ ਅਤੇ ਦੁਬਾਰਾ ਅਸਤੀਫਾ ਦੇਊਂਗਾ। ਗੱਲ ਤਾਂ ਸਿਰਫ ਆਪਣੇ ਨੰਬਰ ਬਣਾਉਣ ਦੀ ਹੈ। ਉਹਨਾਂ ਨੇ ਕਹਿਣਾ ਕਿ ਠੀਕ ਹੈ ਜੀ, ਨਹੀਂ ਤੁਸੀਂ ਕੰਟੀਨਿਊ ਕਰੋ ਜਾਂ ਫਿਰ ਕੋਈ ਨਵਾਂ ਬੰਦਾ ਆਏਗਾ ਇਹ ਦੇਖੋ। ਲੇਕਿਨ ਨਵਾਂ ਬੰਦਾ ਜੇ ਕੋਈ ਆਉਂਦਾ ਤਾਂ ਇਹ ਦੇਖਣਾ ਪਏਗਾ ਕੈਪਟਨ ਸਾਹਿਬ ਨਾਲ ਉਹਦੀ ਸੁਰ ਕਿਸ ਤਰ੍ਹਾਂ। ਹੁਣ ਇਹ ਤਾਂ ਹੈ ਨਹੀਂ ਕਿ ਪ੍ਰਤਾਪ ਸਿੰਘ ਬਾਜਵੇ ਨੂੰ ਦੁਬਾਰਾ ਬਣਾ ਦੇਣ, ਸੋ ਨਵਜੋਤ ਸਿੰਘ ਸਿੱਧੂ ਨੂੰ ਬਣਾ ਦੇਣ। ਬਹੁਤ ਸਾਰੀਆਂ ਗੱਲਾਂ ਪੰਜਾਬ ਕਾਂਗਰਸ 'ਚ ਹਾਲੇ ਆਉਣੀਆਂ ਨੇ ਅਤੇ ਹਾਲੇ ਸੋਨੀਆ ਗਾਂਧੀ ਨੇ ਆਪਣਾ ਜਿਹੜਾ ਗ੍ਰਿਪ ਬਣਾਉਣਾ ਹੈ, ਸ਼ੁਰੂਆਤ ਹੋਈ ਹਾਲੇ ਤਾਂ ਜੀ। ਡਾਕਟਰ ਸਾਹਿਬ, ਕੈਨੇਡਾ ਵਿੱਚ ਨਵੇਂ ਪ੍ਰਵਾਸੀ ਸੜਕਾਂ 'ਤੇ ਰਾਤਾਂ ਕੱਟਣ ਲਈ ਮਜਬੂਰ ਨੇ, ਭਾਵੇਂ ਕਿ ਸਾਨੂੰ ਬਾਹਰ ਜਾਣ ਦਾ ਬਹੁਤ ਚਾਅ ਹੁੰਦਾ, ਹਰ ਇੱਕ ਦੇਸ਼ 'ਚ ਉੱਥੇ ਆਣ ਕੇ ਵੱਸਦੇ ਨੇ ਲੋਕ। ਇੰਗਲੈਂਡ ਦੇ ਵਿੱਚ ਤਾਂ ਪਹਿਲਾਂ ਹੀ ਦੇਖਿਆ ਸੀ ਜੀ, ਬਹੁਤ ਬੁਰਾ ਹਾਲ ਸੀ ਇੰਗਲੈਂਡ ਦੇ ਵਿੱਚ। ਮੈਂ ਬਹੁਤ ਵਾਰ ਉਦੋਂ ਕਿਹਾ ਸੀ ਕਿ ਜਿਹੜੇ ਖਾਸ ਤੌਰ 'ਤੇ ਉਹਦੇ ਕੁੜੀਆਂ ਨੂੰ ਭੇਜਦੇ ਨੇ ਉਹ ਸੋਚ ਕੇ ਭੇਜਣ, ਜਿਹੜੀ ਤੁਸੀਂ ਤੁਹਾਡੀ ਅਣਖ ਵਾਲੀ ਗੱਲ ਹੈ ਉਹ ਉੱਥੇ ਫਿਰ ਨਾ ਕਿਹੋ। ਇਹ ਗੱਲ ਮੈਂ ਦੱਸਦਾ ਰਿਹਾ ਉਦੋਂ ਜੀ। ਔਰ ਇੱਕ ਇੱਕ ਘਰ ਦੇ ਵਿੱਚ ਇੱਕ ਕਮਰੇ ਦੇ ਵਿੱਚ ਪੰਜ ਸੱਤ ਇਕੱਠੇ ਰਹਿੰਦੇ ਨੇ ਕੁੜੀਆਂ ਮੁੰਡੇ, ਕੋਈ ਪਤਾ ਹੀ ਨਹੀਂ ਲੱਗਦਾ ਜੀ। ਇੱਕ ਕੇਸ ਐਸਾ ਆਇਆ ਸੀ ਕਿ ਸੱਤ ਮੁੰਡੇ ਇੱਕ ਕੁੜੀ ਇਕੱਲੇ ਰਹਿੰਦੇ ਸੀ ਅਤੇ ਕੁੜੀ ਪ੍ਰੈਗਨੈਂਟ ਹੋ ਗਈ, ਰੌਲਾ ਪੈ ਗਿਆ, ਮੁੰਡਾ ਕੋਈ ਮੰਨਣ ਨੂੰ ਤਿਆਰ ਨਹੀਂ ਸੀ। ਤੋ ਇਸ ਕਿਸਮ ਦੇ ਕੇਸ ਵੀ ਹੁੰਦੇ ਰਹੇ ਨੇ ਸਾਡੇ, ਔਰ ਪੁਲਾਂ ਦੇ ਨੀਚੇ ਸੌਂਦੇ ਨੇ ਲੋਕ, ਜਿਹਦੀ ਹਰ ਪੱਖੋਂ ਸ਼ੋਸ਼ਣ ਹੋ ਰਿਹਾ ਜੀ। ਅਤੇ ਉਹ ਤਾਂ ਬਸ ਰੋਟੀ ਹੈ ਗੁਰਦੁਆਰੇ 'ਚ ਖਾਣ ਨੂੰ ਮਿਲ ਜਾਂਦੀ ਹੈ, ਇਸ ਕਰਕੇ ਉਹ ਬਹੁਤ ਔਖਾ ਜੀਵਨ ਬਤੀਤ ਕਰਦੇ ਨੇ। ਮੈਂ ਬਹੁਤ ਵਾਰ ਕਿਹਾ ਕਿ ਡਾਲਰਾਂ ਨੂੰ ਨਹੀਂ ਲੱਗਦੇ ਉੱਥੇ, ਦਰੱਖਤਾਂ ਨੂੰ ਡਾਲਰ ਨਹੀਂ ਲੱਗਦੇ, ਜਿਹੜਾ ਇਹ ਸੋਚ ਕੇ ਬਸ ਇੱਕ ਵਾਰੀ ਬੱਚਾ ਚਲਿਆ ਜਾਵੇ, ਆਪਾਂ ਜ਼ਮੀਨ ਵੇਚ ਕੇ ਇੱਧਰ ਉੱਧਰ ਬਾਈ ਹੁੱਕ ਔਰ ਬਾਈ ਕਰੁੱਕ, ਕੋਈ ਜੰਗਲਾਂ ਵਿੱਚ ਦੀ, ਦਰਿਆਵਾਂ ਵਿੱਚ ਦੀ, ਔਰ ਮੈਕਸੀਕੋ ਰਾਹੀਂ ਅਸੀਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਇਹ ਸੋਚ ਕੇ ਕੰਮ ਕਰੀਏ ਕਿ ਉੱਥੇ ਜ਼ਿੰਦਗੀ ਜ਼ਿਆਦਾ ਸਹੀ ਨਹੀਂ। ਔਰ ਕੈਨੇਡਾ ਦੇ ਵਿੱਚ ਰੌਲਾ ਰੱਪਾ ਤਾਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਤੁਸੀਂ ਪਿਛਲੇ ਦਿਨ ਹੀ ਦੇਖਿਆ ਉਹ ਸੋਸ਼ਲ ਮੀਡੀਆ 'ਤੇ ਟੋਰਾਂਟੋ ਦੇ ਵਿੱਚ ਜਿਹੜੇ ਉੱਥੋਂ ਦੇ ਸਾਡੇ ਲੋਕ ਨੇ ਉਹਨਾਂ ਨੇ ਜਿਹੜੇ ਐਸਟੈਬਲਿਸ਼ ਹੋ ਗਏ ਉਹ ਬੇਸਮੈਂਟਾਂ ਦਿੰਦੇ ਸੀ ਕਿਰਾਏ 'ਤੇ, ਅਤੇ ਹੁਣ ਰੌਲਾ ਇਹ ਪੈ ਗਿਆ ਜਿਹੜੇ ਸਾਡੇ ਬੱਚੇ ਉੱਥੇ ਪੜ੍ਹਨ ਜਾਂਦੇ ਨੇ ਉਹ ਬੇਸਮੈਂਟ ਦੇ ਵਿੱਚ ਇੱਕ ਦੋ ਤਿੰਨ ਚਾਰ ਜੇ ਇਕੱਠੇ ਹੋ ਕੇ ਰਹਿੰਦੇ ਨੇ ਅਤੇ ਫਿਰ ਉੱਥੇ ਗੜਬੜ ਕਰਦੇ ਨੇ, ਦਾਰੂ ਪੀਂਦੇ ਨੇ, ਖਰਾਬ ਕਰਦੇ ਨੇ ਜਿਹੜਾ ਹੈ, ਖਰਾਬ ਹੁੰਦਾ। ਹੁਣ ਲੋਕ ਉੱਥੇ
जे बेसमेंट देंदे ने तां इक नूं देंदे ने, इक नूं महंगी पैंदी है जी। ये शर्त ला के दिंदे कि दो तीन इकट्ठे नहीं रहणगे, तो इस तरह की उत्थे प्रॉब्लम है, तो उन्ना पैसा नहीं है। तो हुण बहुत सारे होर प्रवासी आ गए, तो इन्ना उत्थे मकानां दे किराए बहुत वध गए, तो वह सारा कुछ दा नतीजा है कि हुण उन्हां नूं रातां कट्टणियां बड़ियां औखियां हो गईआं। शैल्टर होम दे विच जांदे ने, उहदा भी किराया देना बड़ा मुश्किल है। सो कनेडा ना नौकरियां ने पहलां वांग, ना ही उन्ना सौखा काम है। सही गल तो है कि कनेडा उन्ना सौखा नहीं रहा, ये सोच के जिहड़े साडे, ये नहीं मैं कहिंदा कि ना जाओ, पर यह गल जरूर कहना है कि जाना है सोच के सही तरीके नाल, ते कम करके उत्थे सही कम करके ही जिंदगी बसर करो। बहुत स्ट्रगल है, बड़ा संघर्ष करना पैंदा है, ते साडियां सरकारां नूं चाहीदा तां इह है वी ना ही जाण, ते उहनां नूं उहनां दी बित मुताबक नौकरी दिओ। जदों नहीं दिंदे बंदा जिहने नैट क्लीयर कीता होया, दो MPhil है, दो MA है, सारा कुछ पढ़िया लिखा है बंदा, दो नैट सी उह, ते उहनूं सुसाइड करना पिया। ते जे तुसीं नौकरी दिंदे भी तां की दे नौकरी देनी सी, ते नौकरी देनी सी 10,000 दी। अज्ज इक लैक्चरर 10,000 रुपया जे लवे तां तुसीं उहदी पढ़ाई दी की कीमत पा रहे हो। इस करके सरकारां दा हाल भी बुरा है, ते जिहड़े उत्थे जा रहे ने रिसैशन करके, ਉੱਥੇ ਵੀ ਹਾਲਾਤ ਕੋਈ ਚੰਗੇ ਨਹੀਂ। ਬਿਲਕੁਲ ਜੀ, ਉੱਥੇ ਜਾ ਕੇ ਵੀ ਬਹੁਤ ਸੰਘਰਸ਼ ਕਰਨਾ ਪੈਂਦਾ। ਡਾਕਟਰ ਸਾਹਿਬ, ਪਾਕਿਸਤਾਨ ਦੇ ਵਿੱਚ ਭਾਵੇਂ ਹੁਣ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਜਿਹੜਾ ਬਣਿਆ ਹੋਇਆ ਹੈ, ਉਹਦੇ ਵਿੱਚ ਬਾਲੀਵੁੱਡ ਦੀਆਂ ਫਿਲਮਾਂ 'ਤੇ ਵੀ ਰੋਕ ਲੱਗ ਗਈ ਪਾਕਿਸਤਾਨ ਵਿੱਚ, ਪਰ ਮੀਕਾ ਸਿੰਘ ਇੱਕ ਸਟੇਜ ਸ਼ੋਅ ਕਰ ਕੀਤਾ ਜੀ, ਉਹਨਾਂ ਨੇ ਪੀਪਲਸ ਪਾਰਟੀ ਦੇ ਆਗੂਆਂ ਨੇ ਸਵਾਲ ਚੁੱਕੇ ਨੇ ਕਿ ਉਹਨਾਂ ਨੂੰ ਪਰਮਿਸ਼ਨ ਕਿੱਦਾਂ ਮਿਲ ਗਈ। ਨਹੀਂ, ਉੱਥੇ ਸਟੇਜ ਸ਼ੋਅ ਉਸ ਤਰ੍ਹਾਂ ਨਹੀਂ ਕੀਤਾ ਜਿਵੇਂ ਜੀ, ਉੱਥੇ ਜਨਰਲ ਪਰਵੇਜ਼ ਮੁਸ਼ਰਫ ਦਾ ਇੱਕ ਬਹੁਤ ਕਰੀਬੀ ਹੈ, ਸਾਡੇ ਵਾਂਗ ਪਾਕਿਸਤਾਨ ਦੇ ਵਿੱਚ ਸਾਡਾ ਹੀ ਹਿੱਸਾ ਰਿਹਾ 70 ਸਾਲ ਤੋਂ, ਹੁਣ ਅਲੱਗ ਪਾਕਿਸਤਾਨ ਬਣਿਆ ਜੀ। ਅਤੇ ਮੈਂ ਗਿਆ ਹੋਇਆ ਉੱਥੇ, ਇੱਕ ਦੋ ਬਹੁਤ ਅਮੀਰ ਜਿਹੜੇ ਬੰਦੇ ਨੇ ਉਹਨਾਂ ਦਾ ਦੇਖਿਆ, ਉਹਨਾਂ ਦੇ ਆਲੀਸ਼ਾਨ ਬੰਗਲੇ ਉੱਥੇ, ਉਹ ਜਿਹੜਾ ਅਰਬਪਤੀ ਹੈ ਜਿਹੜਾ ਬੰਦਾ, ਉਹਦੀ ਕੁੜੀ ਦਾ ਵਿਆਹ ਸੀ, ਜਿਹੜਾ ਜਨਰਲ ਪਰਵੇਜ਼ ਦਾ ਦੋਸਤ ਹੈ, ਜਿਹੜੇ ਕੁੜੀ ਦਾ ਵਿਆਹ ਸੀ, ਉਹਨਾਂ ਦਾ ਜਿਹੜਾ ਮੁੰਡੇ ਦਾ ਜਿਹੜਾ ਉਹਨਾਂ ਦਾ ਬਣਨ ਵਾਲਾ ਜਵਾਈ ਸੀ ਜੀ, ਪ੍ਰਾਹੁਣਾ ਸੀ ਜਿਹੜਾ ਪਿੰਡਾਂ 'ਚ ਆਪਾਂ ਕਹਿ ਦਿੰਦੇ ਹਾਂ, ਉਹ ਮੀਕੇ ਦਾ ਫੈਨ ਹੈ ਜੀ, ਉਹਨੂੰ ਮੀਕਾ ਸੋਹਣਾ ਲੱਗਦਾ। ਇਹਨਾਂ ਨੇ ਬਰਾਤ ਦੀ ਸੇਵਾ ਜਾਂ ਉਹਨੂੰ ਖੁਸ਼ ਕਰਨ ਲਈ ਮੀਕੇ ਨੂੰ ਬੁੱਕ ਕਰ ਲਿਆ, ਬੜਾ ਪੈਸਾ ਦਿੱਤਾ ਉਹਨੂੰ, ਮਤਲਬ $1.5 lakh ਦਿੱਤੇ ਨੇ ਡਾਲਰ ਜੀ। ਅਤੇ ਮੀਕਾ ਦਾ 14-15 ਬੰਦਿਆਂ ਦਾ ਗਰੁੱਪ ਹੈ, ਬੈਂਡ ਹੈ ਜਿਹੜਾ, ਉਹ ਆ ਗਿਆ, ਉਹਨੂੰ ਜਿਹੜਾ ਹੈ ਵੀਜ਼ੇ ਵੀ ਦਵਾਏ ਔਰ ਉਹਨੂੰ ਸਿਕਿਉਰਿਟੀ ਵੀ ਦਵਾਈ। ਹੁਣ ਇਹ ਗੱਲ ਤਾਂ ਸਰ ਪਤਾ, ਉਹਨੇ ਆਪਦਾ ਸ਼ੋਅ ਕਰਤਾ, ਸ਼ੋਅ ਤੱਕ ਉਹਦਾ ਕੋਈ ਮਤਲਬ ਨਹੀਂ, ਇੱਕ ਗੱਲ ਉਹਦੇ ਸ਼ੋਅ 'ਚ ਗੜਬੜ ਹੋਈ ਹੈ ਬਸ ਜੀ। ਉਹ ਵੀ ਗੜਬੜ ਕੀ, ਉਹ ਮੀਡੀਆ 'ਚ ਆਈ ਹੈ ਕਿ ਜਿਹੜਾ ਖਾਲਿਸਤਾਨੀ ਹੈ ਗੋਪਾਲ ਸਿੰਘ ਚਾਵਲਾ, ਉਹਦੇ ਨਾਲ ਉਹਦੀ ਫੋਟੋ ਜਿਹੜੀ ਆ ਗਈ, ਅਦਰਵਾਈਜ਼ ਮੀਕਾ ਆਪਦਾ ਆ ਗਿਆ ਸ਼ੋਅ ਕਰਕੇ। ਹੁਣ ਉੱਥੇ ਪੀਪਲਜ਼ ਪਾਰਟੀ ਨੇ ਇਹ ਸਵਾਲ ਖੜਾ ਕਰਤਾ ਜੀ ਕਿ ਇਹ ਵੀਜ਼ੇ ਕਿਵੇਂ ਦਵਾਏਗੇ ਜਦੋਂ ਕੋਈ ਹਾਲਾਤ ਇੰਨੇ ਮਾੜੇ ਨੇ ਜੀ, ਇਹਨਾਂ ਨੇ ਸਿਕਿਉਰਿਟੀ ਫਿਰ ਕਿਉਂ ਦਿੱਤੀ ਇੰਡੀਅਨ ਸਿੰਗਰ ਦੇ, ਜਦੋਂ ਕਿ ਅਸੀਂ ਉੱਥੋਂ ਦੀਆਂ ਫਿਲਮਾਂ ਵੀ ਬੰਦ ਕੀਤੀਆਂ ਨੇ। ਉਹਦੇ ਪੋਲੀਟੀਕਲ ਪਾਰਟੀ ਜਿਹੜੀ ਹੈ ਉਹਦੇ ਲੀਡਰ ਕੋਲ ਤਰਕ ਤਾਂ ਹੈ ਜੀ, ਵੀ ਇੱਕ ਪਾਸੇ ਇਮਰਾਨ ਖਾਨ ਸਾਹਿਬ ਤੁਸੀਂ ਇਹ ਕਹਿ ਰਹੇ ਹੋ, ਦੂਜੇ ਪਾਸੇ ਤੁਹਾਡੀ ਸਰਕਾਰ ਉਹਨਾਂ ਨੂੰ ਜਿਹੜਾ ਹੈ ਵੀਜ਼ੇ ਵੀ ਦੇ ਰਹੀ ਹੈ, ਸਿਕਿਉਰਿਟੀ ਵੀ ਦੇ ਰਹੀ ਹੈ, ਅਤੇ ਬੰਦਾ ਗਾ ਕੇ ਚਲਿਆ ਗਿਆ ਇੱਥੋਂ ਜੀ। ਤੋ ਇਹ ਸਾਰਾ ਜਿਹੜਾ ਹੈ ਇਹ ਜਿਵੇਂ ਹਿੰਦੁਸਤਾਨ 'ਚ ਹੁੰਦਾ ਉੱਥੇ ਵੀ ਹੁੰਦਾ, ਉੱਥੇ ਰੌਲਾ ਪੈ ਰਿਹਾ ਕਿ ਮੀਕਾ ਆ ਕੇ ਚਲਿਆ ਗਿਆ, ਗਾ ਕੇ ਚਲਿਆ ਗਿਆ। ਸੋ ਇਹ ਹੈ ਉੱਥੇ, ਤੋ ਊਂ ਸਟੇਜ ਸ਼ੋਅ ਨਹੀਂ ਹੋਇਆ ਜੀ, ਪਰ ਉਹਦੀ ਚਰਚਾ ਹੋ ਰਹੀ ਹੈ ਅਤੇ ਹੋਣੀ ਵੀ ਚਾਹੀਦੀ ਹੈ ਜੀ। ਡਾਕਟਰ ਸਾਹਿਬ, ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਕੈਪਟਨ ਸਾਹਿਬ ਚਿੰਤਤ ਨੇ, ਉਹਨਾਂ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਆਪਣੇ ਜਿਹੜਾ ਵਚਨ ਵਾਸਤੇ ਕਾਇਮ ਰਹਿਣ, ਲਾਂਘੇ ਦੇ ਕਾਰਜ ਢਿੱਲੇ ਨਾ ਪਾਉਣ। ਕੈਪਟਨ ਸਾਹਿਬ ਨੂੰ ਪਹਿਲਾਂ ਤਾਂ ਕਦੇ ਨਹੀਂ ਗੱਲ ਕਰਦੇ ਸੀ ਜੀ, ਨਵਜੋਤ ਸਿੰਘ ਸਿੱਧੂ ਜਦੋਂ ਦਾ ਰੁੱਸ ਕੇ ਬੈਠਾ ਉਦੋਂ ਹਰ ਚੀਜ਼ ਉਹਨਾਂ ਨੂੰ ਲੱਗਦੀ ਹੈ ਕਿ ਕ੍ਰੈਡਿਟ ਤਾਂ ਨਵਜੋਤ ਸਿੰਘ ਸਿੱਧੂ ਨੂੰ ਗਿਆ। ਹੁਣ ਉਹ ਕ੍ਰੈਡਿਟ ਦੇ ਨੂੰ ਥੋੜ੍ਹਾ ਉਹਦਾ ਹਿੱਸਾ ਲੈਣ ਲਈ ਕਦੇ ਤਾਂ ਮੰਤਰੀਆਂ ਦਾ ਉੱਧਰ ਭੇਜਦੇ ਨੇ, ਹਾਲਾਂਕਿ ਇੱਕ ਮੁੱਖ ਮੰਤਰੀ ਦੂਸਰੇ ਦੇਸ਼ ਦੇ ਮਸਲਿਆਂ ਬਾਰੇ ਕਿਵੇਂ ਗੱਲ ਕਰੇ। ਇਹੀ ਗੱਲ ਜੇ ਪ੍ਰਧਾਨ ਮੰਤਰੀ ਕਰੇ ਤਾਂ ਗੱਲ ਸਮਝ ਆਉਂਦੀ ਹੈ ਜੀ, ਮੁੱਖ ਮੰਤਰੀ ਦੇ ਤਾਂ ਇਹ ਪ੍ਰਵਿਊ 'ਚ ਹੀ ਨਹੀਂ ਹੈ ਗੱਲ ਜੀ।
ਤੇ ਹਾਂ ਇੰਡੀਕ ਪ੍ਰਵਿਊ ਚ ਜ਼ੋਰ ਹੈ ਕਿ ਉਹ ਹਿੰਦੁਸਤਾਨ ਦੇ ਮੁੱਖ ਮੰਤਰੀ ਨੇ ਆਪਾਂ ਪੰਜਾਬ ਦੇ ਮੁੱਖ ਮੰਤਰੀ ਨੇ ਬਿਲਕੁਲ ਜੀ ਤੇ ਮੁੱਖ ਮੰਤਰੀ ਦਾ ਫਰਜ਼ ਬਣਦਾ ਕਿ ਲੋਕ ਸਿੱਖ ਨੇ ਸਿੱਖ ਸਟੇਟ ਦੇ ਮਹਾਰਾਜਾ ਰਹੇ ਨੇ ਔਰ ਕਰਤਾਰਪੁਰ ਸਾਹਿਬ ਦਾ ਗੁਰਦੁਆਰੇ ਦੀ ਸੇਵਾ ਕੀਤੀ ਹੋਈ ਹੈ ਇਹਨਾਂ ਦੇ ਖਾਨਦਾਨ ਨੇ ਇਹ ਸਾਰੀਆਂ ਗੱਲਾਂ ਤਾਂ ਕੈਪਟਨ ਸਾਹਿਬ ਦੇ ਹੱਕ 'ਚ ਜਾਂਦੀਆਂ ਨੇ ਲੇਕਿਨ ਜੇ ਇਹ ਕਹੀਏ ਕਿ ਉਹ ਇਹ ਕਿਉਂ ਕਰ ਰਹੇ ਨੇ ਤਾਂ ਉਹਨਾਂ ਨੂੰ ਚਿੰਤਾ ਕੋਈ ਵੀ ਬੰਦਾ ਮੈਂ ਵੀ ਚਿੰਤਾ ਕਰਦਾ ਮੈਂ ਤਾਂ ਹਰ ਰੋਜ਼ ਕਹਿੰਦਾ ਕਿ ਸਾਨੂੰ ਚਿੰਤਾ ਭਾਈ ਜੋ ਸਾਡੀਆਂ ਜਿਹੜੇ ਸੁਪਨੇ ਨੇ ਉਹ ਪੂਰੇ ਹੋਣ ਖੁੱਲ੍ਹੇ ਦਰਸ਼ਨ ਦਿਦਾਰ ਦਾ ਜਿਹੜਾ ਮੌਕਾ ਬਣਿਆ ਸੀ ਸਰਕਾਰਾਂ ਲੜ ਰਹੀਆਂ ਨੇ ਲੋਕ ਸ਼ਾਂਤੀ ਚਾਹੁੰਦੇ ਨੇ ਮੈਂ ਤਾਂ 20 ਵਾਰੀ ਗੱਲ ਕੀਤੀ ਹੈ ਕਿ ਅਸੀਂ ਮੈਂ ਤਾਂ ਉਸਤਾਦ ਦਾਮਨ ਨੂੰ ਕਿੰਨੇ ਵਾਰੀ ਸੁਣਾਇਆ ਇੱਥੇ ਤੋ ਅਸੀਂ ਹੁਣ ਦੁਬਾਰਾ ਨਹੀਂ ਲੁੱਟੇ ਜਾਣਾ ਚਾਹੁੰਦੇ ਤੋ ਕੈਪਟਨ ਸਾਹਿਬ ਦੀ ਇਹ ਚਿੰਤਾ ਸਹੀ ਹੈ ਹੋਣੀ ਚਾਹੀਦੀ ਹੈ ਲੇਕਿਨ ਇਹੀ ਚਿੰਤਾ ਸਾਡੀ ਸਰਕਾਰ ਨੂੰ ਕਰਨੀ ਚਾਹੀਦੀ ਹੈ ਪਾਕਿਸਤਾਨ ਵਾਲੇ ਤਾਂ ਕਈ ਵਾਰੀ ਕਹਿ ਚੁੱਕੇ ਨੇ ਕਿ ਉਹਦੇ ਤਾਂ ਵਿਦੇਸ਼ ਮੰਤਰੀ ਨੇ ਇਹ ਵੀ ਕਹਿਤਾ ਕਿ ਅਸੀਂ ਤਾਂ ਤਿਆਰ ਬੈਠੇ ਤੁਸੀਂ ਨਾ ਕਿਤੇ ਨਜ਼ਰਸ਼ਾਨੀ ਕਰ ਲਿਓ ਤੁਸੀਂ ਨਾ ਪਿੱਛੇ ਹਟ ਜਾਓ ਸੋ ਇਹ ਹੈ ਉਹਦੇ ਪਿੱਛੇ ਗੱਲ ਜੀ ਡਾਕਟਰ ਸਾਹਿਬ ਲਾਹੌਰ ਵਿੱਚ ਕੁਝ ਕੱਟੜਪੰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਹੈ ਜੀ ਦੇਖੋ ਇੱਕ ਪਾਸੇ ਤਾਂ ਵਿਦੇਸ਼ ਮੰਤਰੀ ਇਹ ਕਹਿ ਰਿਹਾ ਹੈ ਕਿ ਅਸੀਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਬਿਲਕੁਲ ਕਰਤਾਰਪੁਰ ਸਾਹਿਬ ਦਾ ਲਾਂਘਾ ਟਾਈਮ ਸਿਰ ਤਿਆਰ ਕਰਾਂਗੇ ਔਰ ਕਰ ਵੀ ਰਹੇ ਨੇ ਚੰਗੀ ਗੱਲ ਜੀ ਲੇਕਿਨ ਬਹੁਤ ਸਾਰੇ ਕੱਟੜਪੰਥੀ ਹੁੰਦੇ ਨੇ ਜੀ ਉਹਨਾਂ ਨੂੰ ਬੇਸਿਕ ਗੱਲਾਂ ਦਾ ਸਮਝ ਨਹੀਂ ਹੁੰਦੀ ਕਿ ਕੀ ਹੈ ਉਹ ਬਹੁਤ ਸਾਰੇ ਸਿੱਖਾਂ ਨੂੰ ਨਾ ਮੈਂ ਉੱਥੇ ਪਹਿਲਾਂ ਵੀ ਕਿਹਾ ਇੱਕ ਦੋ ਵਾਰ ਕਿ ਲਾਹੌਰ ਦੇ ਵਿੱਚ ਫਿਰ ਵੀ ਸਿੱਖਾਂ ਨੂੰ ਸਮਝਿਆ ਜਾਂਦਾ ਲਾਹੌਰ ਦੇ ਵਿੱਚ ਕਿਲ੍ਹਾ ਹੈ ਜਿੱਥੋਂ ਖਾਲਸਾ ਰਾਜ ਚੱਲਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਬਿਲਕੁਲ ਦੇਹਰਾ ਸਾਹਿਬ ਦੇ ਨਾਲ ਹੈ ਪਿਛਲੇ ਦਿਨੀ ਉੱਥੇ ਬੁੱਤ ਲਾਇਆ ਸੀ ਜੂਨ 'ਚ ਬੁੱਤ ਲਾਇਆ ਸੀ ਜੀ 9 ਫੁੱਟ ਉੱਚਾ ਆਪਾਂ ਇੱਥੇ ਸ਼ਲਾਘਾ ਵੀ ਕੀਤੀ ਸੀ ਪ੍ਰੋਗਰਾਮ ਵਿੱਚ ਅਸੀਂ ਗੱਲ ਵੀ ਕੀਤੀ ਸੀ ਹੁਣ ਉੱਥੇ ਇੱਕ ਜਿਹੜੇ ਹੈ ਟੈਰਰਿਸਟ ਗਰੁੱਪ ਹੈ ਜੀ ਉਹ ਗਰੁੱਪ ਜਿਵੇਂ ਸਾਡੇ ਗਰਮ ਦਲੀਏ ਨੋਟ ਲਾਈਕ ਦੈਟ ਜੈਸੇ ਮੁਹੰਮਦ ਜਿਵੇਂ ਸਾਡੇ ਗਰਮ ਦਲੀਏ ਗਰੁੱਪ ਨੇ ਉਹਨਾਂ ਦੇ ਦੋ ਬੰਦਿਆਂ ਨੇ ਇਹਨੂੰ ਨੁਕਸਾਨ ਪਹੁੰਚਾਇਆ ਹੁਣ ਉਹਨਾਂ ਨੇ ਉਹਨਾਂ 'ਤੇ ਕੇਸ ਹੋ ਗਿਆ ਉਹਨਾਂ ਨੂੰ ਫੜੇ ਗਏ ਉਹ ਦੋਨੇ ਗ੍ਰਿਫਤਾਰ ਕਰ ਲਏ ਗਏ ਨੇ ਔਰ ਸਰਕਾਰ ਨੇ ਇਹ ਵੀ ਕਿਹਾ ਕਿ ਬਸ ਅੱਜ ਈਦ ਤੋਂ ਬਾਅਦ ਉਹਨੂੰ ਰਿਪੇਅਰ ਕਰਾ ਦਾਂਗੇ ਹੁਣ ਇਹ ਜਿਹੜੀਆਂ ਗੱਲਾਂ ਜਦੋਂ ਹੁੰਦਾ ਹਿੰਦੁਸਤਾਨ 'ਚ ਕੁਛ ਹੋਈ ਜਾਂਦਾ ਆਪਸ 'ਚ ਇੱਕ ਦੂਜੇ ਨੂੰ ਕਰੀ ਜਾਂਦੇ ਨੇ ਹੁਣ ਆਪਾਂ ਦੇਖਿਆ ਕਿੰਨੇ ਜਦੋਂ ਮਤਲਬ ਸਰਕਾਰਾਂ ਬਦਲਦੀਆਂ ਨੇ ਸਟਾਲਿਨ ਦੇ ਪੁੱਤ ਕਿਵੇਂ ਟੁੱਟੇ ਸੀ ਜੀ ਲੈਫਟ ਦੇ ਬਿਲਕੁਲ ਇਹ ਜਿਹੜਾ ਬੁੱਤਾਂ ਦੇ ਰਾਜਨੀਤੀ ਨਾ ਕਰੀਏ ਪਿੱਛੇ ਜੇ ਅਸੀਂ ਦੇਖਿਆ ਹੋਰ ਤਾਂ ਹੋਰ ਸ਼ਹੀਦ ਊਧਮ ਸਿੰਘ ਦੇ ਬੁੱਤ ਦੇ ਪਿਸਤੌਲ ਨਾਲ ਹੀ ਕੋਈ ਹੇਰਾ ਫੇਰੀ ਕਰ ਗਿਆ ਉਹਨੂੰ ਖੋਲ ਕੇ ਲੈ ਗਿਆ ਇਹ ਗੱਲਾਂ ਚੱਲਦੀਆਂ ਨੇ ਆਮ ਬੰਦੇ ਦੀਆਂ ਅਦਰਵਾਈਜ਼ ਲੋਕਾਂ ਦੇ ਮਨਾਂ 'ਚ ਸਿੱਖਾਂ ਪ੍ਰਤੀ ਮਹਾਰਾਜੇ ਪ੍ਰਤੀ ਉਸ ਤਰ੍ਹਾਂ ਦੀ ਕੋਈ ਨਫ਼ਰਤ ਨਹੀਂ ਬਿਲਕੁਲ ਜੀ ਡਾਕਟਰ ਸਾਹਿਬ CBSE ਨੇ ਫੀਸਾਂ ਵਿੱਚ ਬੜਾ ਭਾਰੀ ਵਾਧਾ ਕਰਤਾ ਜੀ ਹੁਣ SC ST ਸਟੂਡੈਂਟਸ ਨੂੰ 24 ਗੁਣਾ ਵੱਧ ਫੀਸ ਦੇਣੀ ਪਵੇਗੀ ਇਹ ਬਹੁਤ ਵੱਡਾ ਵਾਧਾ ਹੋਇਆ ਜੀ ਜਿਹੜੀ ਐਗਜ਼ਾਮੀਨੇਸ਼ਨ ਫੀਸ ਹੈ ਖਾਸ ਤੌਰ 'ਤੇ SC ST ਕਿਸਮ ਦੀ ਫ੍ਰੀ ਹੁੰਦੀ ਸੀ ਬਿਲਕੁਲ ਜੀ ਬਿਲਕੁਲ ਜੀ ਹੁਣ ਜੇ 1500 ਦੇਣਾ 12ਵੀਂ ਕਲਾਸ ਦਾ ਇੱਕ ਜਿਹੜਾ ਬੰਦੇ ਨੇ 5 ਪੇਪਰਾਂ ਦਾ ਅਤੇ ਜਿਹੜੀ SC ਨੇ ਹੁਣ 1200 ਕਰਤਾ ਸਿਰਫ 300 ਦਾ ਫਰਕ ਰਹਿ ਗਿਆ ਜੀ ਪਹਿਲਾਂ ਸ਼ਾਇਦ 50 ਰੁਪਏ ਹੁੰਦੇ ਸੀ ਬਿਲਕੁਲ ਜੀ ਤੋ ਉਹ ਇਸ ਤਰ੍ਹਾਂ ਹੀ ਵਾਧੂ ਵਿਸ਼ੇ ਦਾ ਹੋਇਆ ਪਹਿਲਾਂ ਫ੍ਰੀ ਹੁੰਦਾ ਸੀ ਹੁਣ ਉਹਦੀ 300 ਰੁਪਇਆ ਫੀਸ ਕਰਤੀ ਅਤੇ ਇਹ ਵੱਡੀ CBSE ਦੀ ਜਿਹੜੀ ਹੈ ਇਸ ਕਾਫੀ ਸੈਂਟਰਲ ਬੋਰਡ ਨੇ ਵੱਡਾ ਫੈਸਲਾ ਲਿਆ ਇਹਦਾ ਮੈਨੂੰ ਲੱਗਦਾ ਵਿਰੋਧ ਹੋਏਗਾ ਵੱਡੇ ਪੱਧਰ 'ਤੇ ਵਿਰੋਧ ਹੋਏਗਾ ਹਾਲ ਦੀ ਘੜੀ ਜਿਹੜਾ ਹੈ ਹੁਣ ਫੀਸਾਂ ਜਾਣੀਆਂ ਨੇ ਅਤੇ ਇਸ ਤਰੀਕੇ ਨਾਲ ਉਹਨੂੰ ਕੀਤਾ ਤਾਂ ਮੈਨੂੰ ਲੱਗਦਾ ਕਿ ਖਿਆਲ ਰੱਖਣਾ ਚਾਹੀਦਾ ਪਰ ਦੂਜੇ ਪਾਸੇ ਸ਼ਾਇਦ ਉਹਨਾਂ ਦੇ ਮਨਾਂ 'ਚ ਹੈ ਵੀ ਜਿਹੜੇ CBSE ਸਕੂਲਾਂ 'ਚ ਪੜ੍ਹਾ ਰਹੇ ਨੇ ਚਾਹੇ ਉਹ ਸਟੂਡ ਕਾਸਟ ਨੇ ਉਹ ਇੰਨੇ ਕੁ ਆਰਥਿਕ ਤੌਰ 'ਤੇ ਹੈਗੇ ਨੇ ਸਮਰੱਥ ਕਿ ਉਹ ਫੀਸ ਦੇ ਸਕਦੇ ਨੇ ਸ਼ਾਇਦ ਉਹਨਾਂ ਨੇ ਇਹ ਸੋਚਿਆ ਅਤੇ ਇਹ ਸੋਚ ਕੇ ਉਹਨਾਂ ਨੇ ਫੀਸਾਂ 'ਚ ਵਾਧਾ ਕੀਤਾ ਹੋਏਗਾ ਪਰ ਇਹਦਾ ਵਿਰੋਧ ਹੋਏਗਾ ਇਹ ਮੈਨੂੰ ਲੱਗਦਾ ਜੀ ਡਾਕਟਰ ਸਾਹਿਬ ਬਟਾਲਾ ਦੇ ਵਿੱਚ ਇੱਕ ਪ੍ਰੇਮੀ ਜੋੜੇ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਹੁਣ ਇਹ ਪ੍ਰੇਮੀ ਜੋੜੇ ਦੀ ਖੁਦਕੁਸ਼ੀ ਆਮ ਗੱਲ ਹੈ ਸਾਡੇ ਦੇਸ਼ 'ਚ ਤਾਂ ਜੀ ਕੋਈ ਦੋਨੇ ਮੁੰਡਾ ਕੁੜੀ ਨੂੰ ਜਾਤ ਇੱਕ ਨਹੀਂ ਹੈ
तो माँ प्यो मनते नहीं, वो कहते नहीं मनते सानू तुसी ज्यादा जी नहीं कट्ठे होने देंगे, चलो असी मर के कट्ठे होते भावुक होंगे ने फिल्मा देख के भावुक हो जाते हैं। साढ़े तो लोग बेचारे तो इन्ने इनोसेंट ने फिल्म देख के चुनिया गिलियां करके आ जाते हैं बीबिया, कि उन्होंने ये नहीं पता लगता परदे दे विच जिहड़ा रीयल ते रील लाइफ का फर्क नहीं पता होंदा, रोई जाते हैं बैठे। सो इत्थे केस थोड़ा वखरा है जी, इत्थे दोने ब्याह हुए सी, मुंडा भी जा समझो मर्द भी ते औरत भी जी, दोनों का जो ब्याह हो चुका है ते दो नहीं ना फिर रह गए, दो परिवार जुड़ गए, दो परिवार जुड़ना बच्चे होना दो परिवारों तो बाद थोड़ा प्यार होना, तो पहलियाँ बीबिया का की कसूर है, भी पहले बंदे का की कसूर है जो जिद गल मान लो जो कुड़ी ये जिन्हें जहर खाधी है ਉਹਦਾ ਪਤੀ ਆ ਉਹਦਾ ਕੀ ਕਸੂਰ ਸੀ, ਇਹਦੀ ਔਰਤ ਦਾ ਕੀ ਕਸੂਰ ਸੀ, ਇਹ ਤਾਂ ਪਹਿਲਾਂ ਦੇਖਣਾ ਚਾਹੀਦਾ ਸੀ ਜੀ। ਤੇ ਜਦੋਂ ਤੁਸੀਂ ਇਹ ਇਸ ਤਰ੍ਹਾਂ ਦਾ ਸਟੈਪ ਹੈ, ਇਹ ਅਨੈਤਿਕ ਹੈ, ਇਹ ਨੈਤਿਕ ਨਹੀਂ ਹੈ ਬਿਲਕੁਲ ਜੀ। ਜਦੋਂ ਵੀ ਕੋਈ ਅਨੈਤਿਕ ਗੱਲ ਹੁੰਦੀ ਹੈ ਸਮਾਜ ਸਾਡਾ ਉਹਨੂੰ ਨਹੀਂ ਪ੍ਰਵਾਨ ਕਰਦਾ, ਨਹੀਂ ਪ੍ਰਵਾਨ ਕੀਤਾ ਜਾ ਸਕਦਾ, ਇਹ ਇੰਡੀਅਨ ਸਮਾਜ ਹੈ ਜੀ, ਇਹ ਬਾਹਰਲਾ ਸਮਾਜ ਨਹੀਂ ਹੈ ਕਿ ਵੀ ਠੀਕ ਹੈ ਤੁਸੀਂ ਐਂ ਕਰੋ ਵੀ ਹੁਣ ਤੁਹਾਡੇ ਨਾਲ ਨਹੀਂ ਮੈਂ ਉੱਧਰ, ਫਿਰ ਤਾਂ ਸਮਾਜ 'ਚ ਕੋਈ ਕੰਟਰੋਲ ਹੀ ਨਹੀਂ ਰਹੂਗਾ ਬਿਲਕੁਲ ਜੀ। ਤੋ ਜਦੋਂ ਨਹੀਂ ਮੰਨੇ ਤਾਂ ਉਹਨਾਂ ਦੇ ਫਿਰ ਦੋਨਾਂ ਨੇ ਸਲਫਾਸ ਖਾ ਲਈ, ਮੰਨਣਾ ਕੀ ਜੀ ਸੰਭਾਵਨਾ ਹੀ ਨਹੀਂ ਲੱਗੀ ਹੋਣੀ ਆਪ ਹੀ ਜੀ, ਤਾਂ ਬਸ ਉਹਨੂੰ ਲੱਗਿਆ ਹੋਊਗਾ ਵੀ ਹੋਰ ਕੋਈ ਚਾਰਾ ਵੀ ਨਹੀਂ ਬਿਲਕੁਲ ਬਿਲਕੁਲ, ਪਰ ਜਿਹਦੇ ਜਿਉਂਦੇ ਰਹਿਣਾ ਤਾਂ ਇਹਦਾ ਚਾਰਾ ਤਾਂ ਤੁਹਾਡੇ ਆਪਦੇ ਹੱਥ 'ਚ ਹੈ, ਬਿਲਕੁਲ ਜੀ ਬਿਲਕੁਲ, ਉਹ ਜਿਉਂਦੇ ਰਹਿਣਾ ਚਾਹੀਦਾ ਸੀ ਜੀ। ਡਾਕਟਰ ਸਾਹਿਬ, ਵਿਰਾਸਤ ਏ ਖਾਲਸਾ ਏਸ਼ੀਆ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਮਿਊਜ਼ੀਅਮ ਬਣਿਆ ਜੀ। ਦੇਖੋ ਮੈਂ ਸਮਝਦਾ ਗਾਂਧੀ ਨਗਰ ਦਾ ਧਾਮ ਮੈਂ ਦੇਖਿਆ, ਜਦੋਂ ਤੁਸੀਂ ਉਸ ਮੰਦਰ ਦੇ ਵਿੱਚੋਂ ਬਾਹਰ ਨਿਕਲਦੇ ਹੋ ਨਾ ਜੀ, ਤੁਹਾਨੂੰ ਇੰਨੀ ਟੈਕਨੋਲੋਜੀ ਨਾਲ ਉਹ ਸਜਾਇਆ ਹੋਇਆ ਤਾਂ ਬਾਹਰ ਨਿਕਲ ਕੇ ਲੱਗਦਾ ਹੀ ਨਹੀਂ ਕਿ ਤੁਹਾਨੂੰ ਬਾਅਦ 'ਚ ਲੱਗਦਾ ਵੀ ਅਸੀਂ ਕਿਹੜੀ ਦੁਨੀਆ 'ਚੋਂ ਬਾਹਰ ਆ ਗਏ, ਅੰਦਰ ਇੰਨਾ ਕੁਛ ਵਧੀਆ ਉਹ। ਅਤੇ ਕੋਸ਼ਿਸ਼ ਕੀਤੀ ਗਈ ਅਨੰਦਪੁਰ ਸਾਹਿਬ ਵਾਲੇ ਵਿਰਾਸਤੇ ਖਾਲਸਾ ਦੀ, ਮਿਹਨਤ ਕੀਤੀ ਭਾਵੇਂ ਉੱਡਾ ਨਹੀਂ ਪਰ ਕਾਫੀ ਹੱਦ ਤੱਕ ਇਸ ਨੂੰ ਸਹੀ ਮੈਂ ਇੱਕ ਦੋ ਵਾਰੀ ਦੇਖਿਆ ਜੀ। ਅਤੇ ਜਿਸ ਤਰੀਕੇ ਨਾਲ ਤੁਹਾਡੇ ਕੰਨਾਂ 'ਤੇ ਏਅਰਫੋਨ ਲਾ ਕੇ ਤੁਹਾਨੂੰ ਸੁਣਾਇਆ ਵੀ ਜਾਂਦਾ ਸਾਰਾ ਕੁਛ, ਇਹ ਬਹੁਤ ਵੱਡੀ ਗੱਲ ਹੈ ਸਾਡੀ ਨਵੀਂ ਪੀੜ੍ਹੀ ਨੂੰ ਸਾਡੇ ਜਿਹੜੇ ਇਤਿਹਾਸ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਜੀ। ਸਾਨੂੰ ਪਤਾ ਲੱਗਣਾ ਚਾਹੀਦਾ ਸਾਡੀ ਪੀੜ੍ਹੀ ਨੂੰ ਵੈਸੇ ਸਾਡੇ ਲੋਕਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਬਿਲਕੁਲ ਇਹ ਦੇਸ਼ ਲਈ, ਸਮਾਜ ਲਈ, ਧਰਮ ਲਈ ਜੀ। ਸੋ ਇਹ ਜਿਹੜਾ ਵਿਰਾਸਤੇ ਖਾਲਸਾ ਇਹਨੂੰ ਲੋਕ ਸਕੂਲਾਂ ਦੇ ਇੱਧਰੋਂ ਉੱਧਰੋਂ ਸਾਰੇ ਲੋਕ ਦੇਖਣ ਆਉਂਦੇ ਨੇ, ਇਹ ਵੀ ਚੰਗੀ ਗੱਲ ਹੈ। ਹੁਣ ਇੱਕ ਦਿਨ 'ਚ 20,500 ਕੁਛ ਬੰਦਿਆਂ ਦਾ ਆਉਣਾ ਜੀ, ਅਤੇ ਪਿਛਲੇ 5 ਸਾਲ ਹੋਏ ਨੇ ਇਹਨੂੰ ਬਣੇ ਨੂੰ, 1 ਕਰੋੜ ਤੋਂ ਵੱਧ ਬੰਦਿਆਂ ਦਾ ਦੇਖਣਾ, ਇਹ ਆਪਣੇ ਆਪ 'ਚ ਇਤਿਹਾਸ ਹੈ, ਰਿਕਾਰਡ ਹੈ। ਸਾਡੀ ਪਾਪੂਲੇਸ਼ਨ ਵੀ ਕਾਫੀ ਹੈ, ਇਹਦੀ ਇਕੱਲੀ ਹੋਰ ਬਾਹਰੋਂ ਵੀ ਲੋਕ ਆਉਂਦੇ ਨੇ, ਲੇਕਿਨ ਏਸ਼ੀਆ ਦੇ ਵਿੱਚ ਇਹ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਬਣ ਗਿਆ ਮੇਰੇ। ਤੋ ਮੈਂ ਸਮਝਦਾ ਇਹ ਚੰਗੀ ਗੱਲ ਹੈ, ਸਰਕਾਰ ਨੂੰ ਮੁਬਾਰਕ, ਅਤੇ ਥਾਂ ਥਾਂ 'ਤੇ ਬਣਨੇ ਚਾਹੀਦੇ ਨੇ। ਇਹਦਾ ਕ੍ਰੈਡਿਟ ਜਿਹੜਾ ਹੈ ਅਕਾਲੀ ਸਰਕਾਰ 'ਚ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿਆਦਾ, ਜਿਨ੍ਹਾਂ ਨੇ 2-3 ਇਸ ਤਰ੍ਹਾਂ ਦੇ ਕੰਮ ਬਣਾਏ, ਬਹੁਤ ਚੰਗੀ ਗੱਲ ਹੈ। ਬਿਲਕੁਲ ਜੀ, ਡਾਕਟਰ ਸਾਹਿਬ ਨੂੰ ਸਮਾਂ ਹੋ ਗਿਆ ਜੀ, ਨੌਰਥ ਅਮੈਰੀਕਾ ਦੇ ਦਰਸ਼ਕਾਂ ਤੋਂ ਵੀ ਅਸੀਂ ਇਜਾਜ਼ਤ ਲੈ ਲੈਂਦੇ ਹਾਂ, ਧੰਨਵਾਦ ਆਪ ਜੀ ਦਾ, ਧੰਨਵਾਦ ਦਰਸ਼ਕਾਂ ਦਾ ਸ਼ੋਅ ਦੇਖਣ ਦੇ ਲਈ। ਹੁਣ ਸਾਨੂੰ ਦਿਓ ਆਗਿਆ ਜੀ, ਸਤਿ ਸ਼੍ਰੀ ਅਕਾਲ।